ਪੰਜਾਬ ਹੋਵੇ ਜਾਂ ਇੰਡੀਆ, ਇੱਥੇ ਪਲੈਨਿੰਗ ਦੀ ਕਮੀ ਹੈ, ਪੈਸੇ ਦੀ ਕਮੀ ਨਹੀਂ ਹੈ। ਇਹਦਾ ਮਤਲਬ 130-135 ਕਰੋੜ ਦੀ ਦਵਾਈ ਨਾ ਪਵਾ ਕੇ 150 ਕਰੋੜ ਦੀ ਇੱਟਾਂ ਪਵਾ ਦਿੱਤੀਆਂ ਉਸ ਲੋਕ। ਜਸਟ ਮੇਰੀ ਪ੍ਰਮੋਸ਼ਨ ਹੋਣ ਵਾਲੀ ਸੀ, ਉਸ ਤੋਂ 20-25 ਦਿਨ ਪਹਿਲਾਂ ਹੀ ਨਵਾਂ ਮੰਤਰੀ ਜੀ ਬਣੇ, ਜਿਹੜੇ ਆਪਣੇ ਮੋਹਾਲੀ ਵਾਲੇ MLA ਹੈਗੇ। ਕਿਸੇ ਪੋਲੀਟੀਕਲ ਪਾਰਟੀ ਦੇ ਚੋਣ ਮੈਨੀਫੈਸਟੋ 'ਚ ਲਿਖਿਆ ਹੋਇਆ ਆ ਰਿਹਾ ਵੀ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। ਤੁਸੀਂ ਦੇਖੋ, ਹੈਲਥ ਮਿਨਿਸਟਰ ਸੀਗਾ, ਪੈਂਡੇਮਿਕ ਆਇਆ ਔਰ ਆਪਣੇ ਘਰ ਦੇ ਬਾਹਰ ਲਿਖ ਕੇ ਲਾਇਆ ਸੀ ਨੋ ਪਬਲਿਕ ਡੀਲਿੰਗ। ਇੱਕ ਡੀ ਐਡਿਕਸ਼ਨ ਦੀ ਨਾ ਕਮੇਟੀ ਵੀ ਬਣਾਈ ਸੀਗੀ, ਚ ਬੋਰਡ ਕਹਿੰਦੇ ਸੀ ਬਣਾਇਆ ਸੀ ਡੀ ਐਡਿਕਸ਼ਨ ਬੋਰਡ, ਉਹ ਪਤਾ ਨਹੀਂ ਕਾਗਜ਼ਾਂ ਕੁਗਜ਼ਾਂ 'ਚ ਹੀ ਰਹਿ ਗਿਆ। ਉਹਦਾ ਚੇਅਰਮੈਨ ਤਾਂ ਵੈਸੇ ਮੇਰੇ ਕੋਲ ਉੱਥੇ ਲਾਲੜੂ ਆ ਕੇ ਗਏ, ਈਵਨ ਇੰਕਲੂਡਿੰਗ ਉਹ SDT ਦਾ ਚੀਫ ਮਿਨਿਸਟਰ ਉਸ ਟਾਈਮ ਦੇ ਉੱਤੇ ਮੇਰੇ ਕੋਲ ਆ ਕੇ ਗਏ ਸਾਰੇ। ਉਹ ਇੱਕ ਸ਼ੀਸ਼ੀ ਮੇਰੇ ਹੱਥ ਆ ਗਈ, ਮੈਨੇ ਦੇਖਿਆ ਜਦੋਂ OPD 'ਚ ਬੈਠੇ ਹੋਏ ਨੇ ਉਸਨੂੰ, ਉਹਦੇ ਜਿਹੜੇ ਸਾਲਟ ਸੀਗੇ ਉਹ ਡਬਲ ਨਸ਼ਾ ਸੀ ਉਹ 'ਚ। ਪੰਜਾਬ ਸਰਕਾਰ ਡੀ ਐਡਿਕਸ਼ਨ ਦੀ ਗੱਲ ਕਰਦੀ ਸੀ, ਉਹ ਤਾਂ ਆਪ ਹੀ ਨਸ਼ਾ ਵਿੱਚ ਦੇਖੀ। ਮੰਤਰੀ ਕੋਲੋਂ ਪੁੱਛੋ ਕਿ ਫਾਜ਼ਿਲਕਾ ਬੰਦੇ ਨਹੀਂ ਰਹਿੰਦੇ, ਸਾਰੀਆਂ ਪਾਵਰਸ ਨੇ, ਮਿਨਿਸਟਰ ਆਪਣੇ ਕੋਲ ਰੱਖੀ ਬੈਠਾ, ਜੇ ਕੋਈ ਮਾੜੀ ਮੋਟੀ ਥੱਲੇ ਬਚੀ ਵਾਲੀ ਉਹ ਸੈਕਟਰੀ ਲਈ ਬੈਠਾ। ਤਨਖਾਹ ਤਾਂ ਬਰਾਬਰ ਦਿਓ ਨਾ, ਜਿਹੜਾ ਚਾਹੇ ਉਹ ਕੰਟਰੈਕਟ 'ਤੇ ਲਾਇਆ ਤੁਸੀਂ, ਚਾਹੇ ਉਹ ਆਊਟਸੋਰਸ ਦੇ ਥਰੂ ਲਾਇਆ, ਚਾਹੇ ਉਸਨੂੰ ਤੁਸੀਂ NHM ਦੇ ਅੰਡਰ ਲਾਇਆ, ਚਾਹੇ ਉਸਨੂੰ DHS ਦੇ ਅੰਡਰ ਲਾਇਆ। ਉਹ ਜਿਹੜਾ ਪ੍ਰਿਵੈਂਟਿਵ ਰੂਟ ਵਾਲਾ ਪਾਰਟ ਸੀ ਨਾ, ਉਹ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਤਕਰੀਬਨ ਇੰਡੀਆ 'ਚ ਕਾਫੀ ਅੱਛਾ ਬਣਿਆ ਹੋਇਆ, ਇਸੇ ਕਰਕੇ ਆਪਣੀ ਜਿਹੜੀ ਫਸਟ ਵੇਵ ਸੀ ਨਾ ਜਿਹਦੇ 'ਚ ਅਵੇਅਰਨੈਸ ਪਾਰਟ ਹੁੰਦਾ ਉਹ ਘੱਟ ਆਈ, ਕਿਉਂਕਿ ਉਦੋਂ ਲੋਕਾਂ ਤੱਕ ਮੈਸੇਜ 'ਤੇ ਪਹੁੰਚ ਗਿਆ ਕਿ ਬਿਮਾਰੀ ਹੈਗੀ ਹੈ। ਸਿਵਲ ਹੋਸਪਿਟਲ ਮੋਹਾਲੀ, ਅਗਰ ਇਸੇ ਤਰ੍ਹਾਂ ਹੀ ਸਿਵਲ ਹੋਸਪਿਟਲ ਜਲੰਧਰ ਹੋਵੇ ਜਾਂ ਪੰਜਾਬ ਦੇ ਸਾਰੇ 22 ਡਿਸਟ੍ਰਿਕਟਸ ਵਾਲੇ ਹੋਸਪਿਟਲ 23 ਵਾਲੇ ਜਿਹੜੇ ਚੱਲਣ ਲੱਗ ਜਾਣ, ਤਾਂ ਅੱਧੇ ਤੋਂ ਜ਼ਿਆਦਾ ਜਿਹੜਾ ਪ੍ਰਾਈਵੇਟ ਟੀਸ਼ਨ ਦੀ ਆਪਾਂ ਗੱਲ ਕੀਤੀ ਸੀ ਨਾ, ਉਹ ਘੱਟ ਜਾਏਗਾ। ਜਿਹੜੀਆਂ ਕਮੇਟੀਆਂ ਸੀਗੀਆਂ ਇਹ ਨੌਨ ਫੰਕਸ਼ਨਲ ਕਮੇਟੀਸ ਨੇ, ਸਰਕਾਰ ਜਿੱਥੇ ਕਿਤੇ ਮਾੜਾ ਮੋਟਾ ਸਾਹਮਣੇ ਆਈ ਉੱਥੇ ਸਰਕਾਰ ਨੇ ਇਹਨਾਂ ਨੂੰ ਦਬਾ ਲਿਆ। ਔਰ ਅੱਜ ਜੋ ਵਰਕ ਪਲੇਸ ਦੇ ਉੱਤੇ ਜੋ ਹਰਾਸਮੈਂਟ ਹੁੰਦੀ ਹੈ ਸਾਰਿਆਂ ਨੂੰ ਪਤਾ, ਇਹਦੇ 'ਚ ਇਹ ਕਿਹੜਾ ਕੋਈ ਲੁਕੀ ਛੁਪੀ ਗੱਲ ਹੈਗੀ ਹੈ ਵਿੱਚ। ਕਰੋਨਾ ਵਾਇਰਸ ਪੈਂਡੈਮਿਕ ਨੇ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਆਪਣੇ ਹੈਲਥ ਇਨਫਰਾਸਟ੍ਰਕਚਰ ਦੀਆਂ ਪੂਰੇ ਇੰਡੀਆ ਦੇ ਵਿੱਚ। ਅੱਜ ਪੰਜਾਬ ਦੇ ਵਿੱਚ ਆਪਣਾ ਹੈਲਥ ਇਨਫਰਾਸਟ੍ਰਕਚਰ ਕੀ ਆ, ਕਿੱਦਾਂ ਦਾ ਹੋਣਾ ਚਾਹੀਦਾ, ਕੀ ਖਾਮੀਆਂ ਆ ਔਰ ਕਿਉਂ ਨਹੀਂ ਦੀ ਬੈਸਟ ਹੋ ਰਿਹਾ, ਇਹਦੇ 'ਤੇ ਗੱਲਬਾਤ ਕਰਨ ਦੀ ਸਾਡੇ ਨਾਲ ਬਹੁਤ ਇਮਾਨਦਾਰ ਐਂਡ ਦਲੇਰ ਡਾਕਟਰ ਦਲੇਰ ਸਿੰਘ ਮੁਲਤਾਨੀ ਜੀ, ਸਰ ਮੋਸਟ ਵੈਲਕਮ। ਵਟ ਯੂ ਸੀ ਕਿ ਆਪਣਾ ਹੈਲਥ ਇਨਫਰਾਸਟ੍ਰਕਚਰ ਦੀ ਬੈਸਟ ਕਿਉਂ ਨਹੀਂ ਹੈਗਾ? ਦੇਖੋ, ਉਹਦੇ 'ਚ ਆਪਾਂ ਨੂੰ ਪਹਿਲਾਂ ਇਹ ਸੋਚਣ ਦੀ ਜ਼ਰੂਰਤ ਹੈ ਕਿ ਦੀ ਬੈਸਟ ਜਿਹੜਾ ਵਰਡ ਹੈਗਾ ਇਹ ਤਾਂ ਸ਼ਾਇਦ ਮੈਂ ਇੱਕ ਵਰਡ ਯੂਜ਼ ਕਰਦਾ ਹੁੰਦਾ, ਪਰਫੈਕਸ਼ਨ ਕੰਪਲੀਟ ਅਤੇ ਸੈਟਿਸਫੈਕਸ਼ਨ ਇਜ਼ ਦਾ ਨੇਮ ਆਫ ਡੈਥ, ਇਹਦੇ 'ਚ ਤਾਂ ਨਹੀਂ ਐਂਟਰ ਕਰਨਾ ਚਾਹੀਦਾ। ਅੱਛਾ ਜੀ, ਕਿਉਂਕਿ ਜੇ ਆਪਾਂ ਪਹਿਲਾਂ ਹੀ ਉਹਨੂੰ ਡੀ ਬੈਸਟ ਬਣਾ ਲਿਆ ਤਾਂ ਫਿਰ ਤਾਂ ਆਉਣ ਵਾਲੇ ਸਮੇਂ 'ਚ ਕੁਛ ਵੀ ਨਹੀਂ ਰਹਿਣਾ। ਹਾਂ, ਬਟ ਦੇਰ ਇਜ਼ ਆਲਵੇਜ਼ ਚਾਂਸਿਸ ਆਫ ਇੰਪਰੂਵਮੈਂਟ, ਵੀ ਆਪਾਂ ਸਿਸਟਮ ਦੇ ਵਿੱਚ ਇੰਪਰੂਵਮੈਂਟ। ਅੱਜ ਅਸਲ 'ਚ ਜਿੱਥੇ ਆਪਾਂ ਜਦੋਂ ਵੀ ਆਪਾਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਤੁਸੀਂ ਦੀ ਬੈਸਟ ਦੀ ਗੱਲ ਕੀਤੀ ਹੈ, ਮੈਂ ਕਿਹਾ ਵੀ ਨਹੀਂ ਇਹਦੇ 'ਚ ਇੰਪਰੂਵਮੈਂਟ ਦੇ ਚਾਂਸਿਸ ਰਹਿਣੇ ਚਾਹੀਦੇ ਨੇ ਔਰ ਰਹਿਣਗੇ, ਹਮੇਸ਼ਾ ਹੀ ਰਹਿਣਗੇ, ਹਮੇਸ਼ਾ ਕਦੀ ਵੀ ਜਦੋਂ ਵੀ ਦੁਨੀਆ ਬਣੀ ਹੋਈ ਹੈ, ਜਦੋਂ ਇਹ ਜਿਹੜੇ ਆਪਾਂ ਵਰਡ ਐਵੋਲਿਊਸ਼ਨ ਵਰਡ ਆਪਾਂ ਯੂਜ਼ ਕਰਦੇ ਹਾਂ ਉਹਦੇ 'ਚ ਇਸੇ ਕਰਕੇ ਸੀਗਾ, ਕਿਉਂਕਿ ਟਾਈਮ ਟੂ ਟਾਈਮ ਇੰਪਰੂਵਮੈਂਟ ਹੁੰਦੀ ਰੀਜਨੇਸ਼ਨ, ਤਾਂ ਹੀ ਇਹ ਸਾਰਾ ਵਰਡ ਕ੍ਰੀਏਟ ਹੋਇਆ ਵਿੱਚ ਜਿਹੜਾ ਹੈਗਾ, ਜਦੋਂ ਆਪਾਂ ਕਹਿੰਦੇ ਹਾਂ ਵਨ ਸੈਲ ਤੋਂ ਲੈ ਕੇ ਆਦਮੀ ਤੱਕ ਬਣ ਗਿਆ ਵਿੱਚ, ਉਹ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਹੈ। ਪਰ ਸਵਾਲ ਅਸਲ 'ਚ ਇਹ ਹੈਗਾ ਕਿ ਹੈਲਥ ਦੇ ਬਾਰੇ ਦੇ ਵਿੱਚ ਜਿਹੜੀ ਆਪਣੀਆਂ ਜਿਹੜੀਆਂ ਅਥਾਰਟੀਜ਼ ਰਹੀਆਂ ਨੇ, ਮੀਨਸ ਸਰਕਾਰਾਂ, ਅੱਜ ਦੀ ਗੱਲ ਨਹੀਂ ਆਪਾਂ ਕਰੋ, 73 ਸਾਲ ਹੋ ਗਏ ਆਪਾਂ ਨੂੰ ਆਜ਼ਾਦੀ ਆਜ਼ਾਦ ਹੋਇਆਂ ਵਿੱਚ, ਔਰ ਸਰਕਾਰ ਨੇ ਕਦੀ ਇਸ ਗੱਲ ਵਾਸਤੇ ਕੋਈ ਬਹੁਤਾ ਖਿਆਲ ਦਿੱਤਾ ਹੀ ਨਹੀਂ ਕਿ ਲੋਕਾਂ ਦੀ ਸਿਹਤ ਜਿਹੜੀ ਚੰਗੀ ਹੋਣੀ ਚਾਹੀਦੀ ਹੈ। ਡੈਫੀਨੇਸ਼ਨ ਇਹਨਾਂ ਨੇ ਬਹੁਤ ਸਾਰੀਆਂ ਬਣਾਈਆਂ, ਇਹਨਾਂ ਨੇ ਸਲੋਗਨਸ ਵੀ ਬਹੁਤ ਸਾਰੇ ਦਿੱਤੇ, ਔਰ ਤੁਸੀਂ ਦੇਖਿਆ ਕਿ ਸੜਕਾਂ ਦੇ ਕਿਨਾਰੇ ਹੁਣ ਵੀ ਲੱਗਿਆ ਹੁੰਦਾ ਹੈ, ਬੇਟੀ ਬਚਾਓ ਬੇਟੀ ਪੜ੍ਹਾਓ, ਹਾਂਜੀ ਹਾਂਜੀ, ਅਤੇ ਭਰੂਣ ਹੱਤਿਆ ਕੌਣ ਕੌਣ ਕਰ ਰਿਹਾ ਫਿਰ? ਬਿਲਕੁਲ ਠੀਕ ਹੈ, ਪੰਜਾਬ ਖੁਸ਼ਹਾਲ, ਕਿਸਾਨ ਖੁਸ਼ਹਾਲ ਦੇ ਸਲੋਗਨਸ ਲੱਗੇ ਹੋਏ ਹੈ ਵਿੱਚ ਜਿਹੜੇ ਹੈਗੇ ਆ, ਕਿਸਾਨ ਕਿੱਥੇ ਫਿਰਦਾ ਅੱਜ ਦੀ ਡੇਟ 'ਚ। ਇਸੇ ਤਰ੍ਹਾਂ ਹੀ ਅੱਜ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਉਹ ਯੂ ਵਿਲ ਬੀ ਸਰਪ੍ਰਾਈਜ਼ਡ ਕਿ ਪਿੱਛੇ ਜੇ ਅਸੀਂ ਸਰਵੇ ਕੀਤਾ ਸੀ ਜਦੋਂ ਮੈਂ ਐਜ਼ ਏ ਸਿਵਲ ਸਰਜਨ ਫਾਜ਼ਿਲਕਾ ਸੀ, ਉਹਦੇ 'ਚ ਇਹ ਗੱਲ ਆਈ ਸੀ ਵੀ 80% ਤੋਂ ਜ਼ਿਆਦਾ ਲੇਡੀਜ਼ ਜਿਹੜੀਆਂ ਹੈਗੀਆਂ ਨੇ ਉਹ ਅਨੀਮਿਕ ਨੇ, ਅਤੇ ਆਪਾਂ ਫਿਰ ਕਿਸ ਸਿਹਤ ਦੀ ਗੱਲ ਕਰਦੇ ਹਾਂ? ਜੇ ਜਿਸ ਨੇ ਇਸ ਸੰਸਾਰ ਨੂੰ ਜਨਮ ਦੇਣਾ ਉਹ ਆਪ ਹੀ ਜਿਹੜੀ ਹੈਗੀ ਆ ਅਧੂਰੀ ਹੈ, ਖੂਨ ਪੂਰਾ ਨਹੀਂ ਬਣ ਰਿਹਾ, ਅਤੇ ਫਿਰ ਆਪਾਂ ਕਿਵੇਂ ਸੋਚ ਸਕਦੇ ਹਾਂ ਵੀ ਉਹ ਜਿਹੜਾ ਆਉਣ ਵਾਲਾ ਬੱਚਾ ਜਿਹੜਾ ਹੈਗਾ ਉਹ ਤੰਦਰੁਸਤ ਹੋਏਗਾ? ਔਰ ਡੈਫੀਨੇਸ਼ਨ ਇਹਨਾਂ ਨੇ ਵੱਡੀਆਂ ਵੱਡੀਆਂ ਬਣਾਈਆਂ, ਜਿਵੇਂ ਹੁਣ ਹੈਲਥ ਜਿਹੜਾ ਹੈਗਾ ਉਹਦੀ ਡੈਫੀਨੇਸ਼ਨ ਹੈ, ਹੈਲਥ ਇਜ਼ ਨੋਟ ਮੇਅਰਲੀ ਦਾ ਐਬਸੈਂਸ ਆਫ ਡਿਜ਼ੀਜ਼, ਇਟ ਇਜ਼ ਦਾ ਫਿਜ਼ੀਕਲ, ਇਟ ਇਜ਼ ਦਾ ਸੋਸ਼ਲ, ਇਟ ਇਜ਼ ਦਾ ਮੈਂਟਲ, ਨਾਓ ਇਟ ਇਜ਼ ਐਡਡ ਐਜ਼ ਸਪਿਰਚੁਅਲ ਵੈਲਬੀਇੰਗ ਆਫ ਏ ਪਰਸਨ। ਸੋ ਪਰ ਉਸ ਵੱਲ ਖਿਆਲ ਤਾਂ ਹੋਇਆ ਨਹੀਂ ਕਦੀ ਵੀ ਕਿਸੇ ਦਾ। ਅੱਜ ਮੈਂ ਕਈ ਵਾਰੀ ਇਹ ਵਰਡ ਯੂਜ਼ ਕਰਦਾ ਹੁੰਦਾ ਕਿ ਪੰਜਾਬ ਗੌਰਮੈਂਟ ਦੇ ਵਿੱਚ, ਮੈਂ ਤੁਹਾਨੂੰ ਦੱਸੂੰਗਾ ਡਿਟੇਲ ਸਿਸਟਮ ਦਾ ਜਿਹੜੀ ਹੈਗੀ ਹੈ, ਪੰਜਾਬ ਗੌਰਮੈਂਟ ਜਿਹੜੀ ਹੈ ਇਹ ਲੋਕਾਂ ਨੂੰ ਦਵਾਈ ਨਹੀਂ ਖਵਾਉਂਦੀ, ਇੱਟਾਂ ਖਵਾਉਂਦੀ ਹੈ। ਅੱਛਾ ਜੀ, ਓਕੇ।
ਪਿਛਲੀ ਸਰਕਾਰ ਸੀਗੀ ਜਿਹੜੀ 2012 ਤੋਂ ਲੈ ਕੇ 17 ਤੱਕ ਆਪਣੀ ਸਰਕਾਰ ਆਈ, ਇਹਨਾਂ ਨੇ ਨਾ 2015-16 ਦੇ ਵਿੱਚ 1800 ਦੀ ਆਪਣੀਆਂ ਹੈਲਥ ਇੰਸਟੀਟਿਊਸ਼ਨ ਪੰਜਾਬ ਦੀਆਂ, ਉਹਦੇ 'ਚ ਆਪਾਂ ਮੰਨ ਕੇ ਚੱਲਦੇ ਹਾਂ ਛੋਟੀ ਤੋਂ ਛੋਟੀ ਹੁੰਦੀ ਹੈ ਡਿਸਪੈਂਸਰੀ, ਇਸ ਡਿਸਪੈਂਸਰੀ ਤੋਂ ਛੋਟਾ ਵੀ ਸਬ ਸੈਂਟਰ ਵੀ ਹੁੰਦਾ, ਲੇਕਿਨ ਡਿਸਪੈਂਸਰੀ ਜਿੱਥੇ ਇੱਕ ਡਾਕਟਰ ਬੈਠਦਾ ਵਿੱਚ, ਉਸ ਡਿਸਪੈਂਸਰੀ ਦੇ ਤੋਂ ਲੈ ਕੇ 1199 ਤੇ ਆਪਣੀਆਂ ਡਿਸਪੈਂਸਰੀਜ਼ ਨੇ, ਔਰ ਉਸ ਤੋਂ ਅੱਗੇ ਫਿਰ ਪੀ ਐੱਸ ਸੀਜ਼ ਆਉਂਦੀਆਂ ਨੇ 350 ਦੇ ਆਸੇ ਪਾਸੇ 300 ਪੀ ਐੱਸ ਸੀਜ਼ ਦੇ ਵਿੱਚ, ਉਹਨਾਂ 'ਚ ਕਈ ਵਾਰੀ ਕੋਈ ਕਮਿਊਨਿਟੀ ਹੈਲਥ ਸੈਂਟਰ ਵਿੱਚ ਨਾਲ ਬਣ ਗਏ ਜਿਹੜੇ ਪੀ ਐੱਸ ਸੀ ਸੀ, ਉਹਨਾਂ ਨੂੰ ਕਮਿਊਨਿਟੀ ਹੈਲਥ ਸੈਂਟਰ 'ਚ ਚੇਂਜ ਕਰਤਾ। ਉਸ ਤੋਂ ਬਾਅਦ ਆਪਣੇ ਫਿਰ ਜਿਹੜੇ ਹੈਗੇ ਆ ਉਹ ਸਬ ਡਿਵੀਜ਼ਨ ਹੋਸਪਿਟਲਸ ਆਉਂਦੇ ਨੇ, ਜਿੰਨੀਆਂ ਆਪਣੀਆਂ ਸਬ ਡਿਵੀਜ਼ਨ 120-125 ਦੇ ਕਰੀਬ ਸਬ ਡਿਵੀਜ਼ਨਸ ਨੇ, ਉਨੀਆਂ ਹੀ ਆਪਣੀਆਂ ਜਿਹੜੀਆਂ ਹੈਗੀਆਂ ਨੇ, ਮਤਲਬ ਸਬ ਡਿਵੀਜ਼ਨ ਹੋਸਪਿਟਲ ਹੋ ਗਏ, 22 ਡਿਸਟ੍ਰਿਕਟ ਸੀਗੇ, ਹੁਣ 23 ਹੋ ਗਏ, ਨਵਾਂ ਐਡਅਪ ਹੋ ਗਿਆ, ਸੋ 22 ਡਿਸਟ੍ਰਿਕਟਸ ਟੋਟਲ ਮਿਲਾ ਕੇ ਨਾ 1800 ਦੇ ਕਰੀਬ ਹੋਸਪਿਟਲ ਬਣਦੇ ਸਾਰੇ ਪੰਜਾਬ ਦੇ ਵਿੱਚ। ਉਹਨਾਂ ਦੇ ਵਿੱਚ ਨਾ ਹਰ ਇੱਕ ਦੇ ਵਿੱਚ ਉੱਤੇ 8x10 ਜਾਂ 10x10 ਦਾ ਕਮਰੇ ਬਣਾ ਦਿੱਤੇ, ਛੋਟੀ ਛੋਟੀ ਜਿੱਥੇ ਕੋਈ ਸਾਡੇ ਉੱਥੇ ਮੈਂ ਫਾਜ਼ਿਲਕਾ ਰਿਹਾ ਵਿੱਚ ਜਿੱਦਾਂ ਐਜ ਏ ਸਿਵਲ ਸਰਜਨ, ਚਲੋ ਇੱਥੇ ਵੀ ਹੈਗਾ ਤੁਸੀਂ ਆਪਾਂ ਹੁਣ ਜਿਵੇਂ ਮੋਹਾਲੀ ਬੈਠੇ ਹੋ, ਪਰ ਲਾਲੜੂ ਨਾਲ ਤੁਸੀਂ ਦੇਖਿਆ ਹੋਣਾ, ਹਾਂਜੀ ਹਾਂਜੀ, ਲਾਲੜੂ ਦੇ ਵਿੱਚ ਜਿਹੜਾ ਹੈਗਾ ਇੱਕ ਹੋਸਪਿਟਲ 1994 'ਚ ਬਣਾਤਾ, ਜਿਹਨੂੰ ਮੈਂ ਡੋਨੇਸ਼ਨ 'ਤੇ ਚਲਾਇਆ 2013 ਤੱਕ, 25 ਬਿਸਤਰਾਂ ਦਾ ਹੋਸਪਿਟਲ, ਉਹਦੀ ਕੰਧ ਦੇ ਨਾਲ ਕੰਧ ਜੋੜ ਕੇ ਇੱਕ 30 ਬਿਸਤਰਾਂ ਦਾ ਹਸਪਤਾਲ ਬਣਾਤਾ, ਉਹ ਅਜੇ ਤੱਕ ਕੰਪਲੀਟ ਵੀ ਨਹੀਂ ਸੀ ਹੋਇਆ ਉਹਦੇ ਬਰਾਬਰ, ਅਤੇ ਆਹ ਜਿਹੜੇ ਇਹਨਾਂ ਨੂੰ ਮੈਂ ਚਿੱਟੇ ਹੱਥੀਆਂ ਦੇ ਬੱਚੇ ਕਹਿੰਦਾ ਹੁੰਦਾ ਵੈਸੇ ਬੇਸਿਕਲੀ, 1800 ਬਿਲਡਿੰਗਸ ਹਰ ਡਿਸਪੈਂਸਰੀ ਦੇ ਵਿੱਚ, ਹਰ ਹਸਪਤਾਲ 'ਚ, ਭਾਵੇਂ ਹਸਪਤਾਲ 'ਚ 100 ਕਮਰਾ, ਭਾਵੇਂ ਹਸਪਤਾਲ 'ਚ 200 ਕਮਰਾ, ਭਾਵੇਂ ਹਸਪਤਾਲ 'ਚ 300 ਕਮਰਾ, ਉੱਥੇ ਇਹ ਚਿੱਟਾ ਹੱਥੀ ਦਾ ਬੱਚਾ ਜ਼ਰੂਰ ਹੋਊਗਾ ਵਿੱਚ। ਇਹ ਪਿਛਲੀ ਸਰਕਾਰ ਕਰਕੇ ਗਈ ਔਰ ਉਹ ਖਾਲੀ ਪਏ, ਔਰ ਉਹਦੇ ਉੱਤੇ ਲਿਖਿਆ ਹੋਇਆ ਸੀਗਾ ਫ੍ਰੀ ਡਾਇਗਨੋਸਟਿਕਸ ਅਤੇ ਫ੍ਰੀ ਦਵਾਈਆਂ, ਮਤਲਬ ਤੁਸੀਂ ਤੁਹਾਡੀ ਬਿਮਾਰੀ ਨੂੰ ਫ੍ਰੀ 'ਚ ਜਾਂਚ ਕਰਨਗੇ ਅਤੇ ਫ੍ਰੀ 'ਚ ਦਵਾਈ ਦੇਣਗੇ। ਹਾਂ, ਤੁਸੀਂ ਆਪੇ ਸਰਕਾਰੀ ਹਸਪਤਾਲਾਂ ਦਾ ਹਿਸਾਬ ਲਾ ਲਓ ਕਿ ਕਿੰਨੀ ਕੁ ਵਾਰੀ ਜਾਂਚ ਹੁੰਦੀ ਹੈ ਤੁਹਾਡੀ ਅਤੇ ਕਿੰਨੀ ਕੁ ਵਾਰੀ ਤੁਹਾਨੂੰ ਦਵਾਈਆਂ ਉੱਥੇ ਫ੍ਰੀ ਮਿਲਦੀਆਂ ਨੇ। ਸੋ ਮੇਰਾ ਕਹਿੰਦਾ ਮਤਲਬ ਸੀਗਾ ਵੀ ਪੰਜਾਬ ਸਰਕਾਰ ਹੋਵੇ ਜਾਂ ਸੈਂਟਰ ਸਰਕਾਰ ਹੋਵੇ, ਇਹਨਾਂ ਦਾ ਹੈਲਥ ਦੇ ਪ੍ਰਤੀ, ਈਵਨ ਇੰਕਲੂਡਿੰਗ ਐਜੂਕੇਸ਼ਨ ਆਲਸੋ, ਇਹ ਦੋਨੇ ਹੀ ਸਰਕਾਰ ਦੀਆਂ ਆਪਾਂ ਮੰਨ ਕੇ ਚੱਲਦੇ ਹੁੰਦੇ ਹਾਂ ਸੋਸ਼ਲ ਰਿਸਪੋਂਸੀਬਿਲਟੀਜ਼ ਨੇ, ਔਰ ਦੋਨਾਂ ਦੇ ਬਾਰੇ ਦੇ ਆਰ ਲੀਸਟ ਬੋਰਡਰ। ਪਰ ਸਭ ਤੋਂ ਵੱਡੀ ਗੱਲ ਤੁਸੀਂ ਇਹ ਦੇਖੋ ਵਿੱਚ, ਮੈਂ ਤਾਂ ਅੱਜ ਤੱਕ ਸੁਣਿਆ ਨਹੀਂ, ਪਤਾ ਨਹੀਂ ਤੁਸੀਂ ਕਦੇ ਸੁਣਿਆ ਹੋਵੇ ਤਾਂ, ਇੱਕ ਪਾਰਟੀ ਨੇ ਥੋੜ੍ਹਾ ਜਿਹਾ ਹੁਣ ਬੋਲਣਾ ਸ਼ੁਰੂ ਕੀਤਾ ਸੀਗਾ ਵੀ ਹੈਲਥ ਅਤੇ ਐਜੂਕੇਸ਼ਨ ਦੀ ਗੱਲ ਕਰਨੀ ਹੈ, ਕੰਮ ਕਿੰਨਾ ਹੋ ਰਿਹਾ ਉਹ ਇੱਕ ਵੱਖਰਾ ਇਸ਼ੂ ਹੈ, ਲੇਕਿਨ ਇੱਕ ਜਿਹੜੀ ਨਵੀਂ ਪਾਰਟੀ ਤੋਂ ਇਲਾਵਾ ਬਾਕੀ ਤਾਂ ਮੈਨੇ ਕਦੀ ਕਿਸੇ ਦੇ ਮੂੰਹ ਇਹ ਗੱਲ ਸੁਣੀ ਨਹੀਂ ਵੀ ਆਪਾਂ ਹੈਲਥ ਦੀ ਗੱਲ ਕਰਨੀ ਹੈ ਜਾਂ ਆਪਾਂ ਕੋਈ ਐਜੂਕੇਸ਼ਨ ਦੀ ਗੱਲ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਦਵਾਈਆਂ ਦੀ ਬਜਾਏ ਇਹ ਜਿਹੜੀਆਂ ਸੀਗੀਆਂ ਨਾ 1800 ਬਿਲਡਿੰਗਸ, ਇਸ 'ਤੇ ਤਕਰੀਬਨ ਮੇਰਾ ਐਸਟੀਮੇਟਡ ਸੀਗਾ ਕਿ ਕਿਉਂਕਿ ਇਹ 8 ਲੱਖ ਤੋਂ ਲੈ ਕੇ 10 ਲੱਖ ਤੱਕ ਬਣੀਆਂ ਸੀਗੀਆਂ ਵਿੱਚ, ਵੀ 150 ਕਰੋੜ ਰੁਪਇਆ ਖਰਚ ਹੋਇਆ, ਔਰ ਪੰਜਾਬ ਦਾ ਜਿਹੜਾ ਬਜਟ ਹੈਗਾ ਮੈਡੀਸਨ ਦਾ ਸਾਰੇ ਸਾਲ ਦਾ ਤਕਰੀਬਨ 130-135 ਕਰੋੜ ਹੈ, ਇਹਦਾ ਮਤਲਬ 130-135 ਕਰੋੜ ਦੀ ਦਵਾਈ ਨਾ ਖਵਾ ਕੇ 150 ਕਰੋੜ ਦੀ ਇੱਟਾਂ ਖਵਾਤੀਆਂ ਬਸ ਲੋਕਾਂ ਨੂੰ, ਆਹ ਹਾਲਾਤ ਨੇ, ਬਸ ਬਿਲਡਿੰਗਸ ਬਣਾ ਬਣਾ ਕੇ ਖੜੀਆਂ ਕਰ ਦਿੱਤੀਆਂ ਔਰ ਵਿੱਚ ਚੱਲਦਾ ਕੁਝ ਨਹੀਂ ਹੈ। ਔਰ ਯੂ ਵਿਲ ਬੀ ਸਰਪ੍ਰਾਈਜ਼ਡ ਕਿ ਇਹ ਜਿਹੜੇ ਮਿਨਿਸਟਰ ਹੈਗੇ ਨੇ ਇਹ ਜਾਂ ਕਿਵੇਂ ਲੋਕਾਂ ਨੂੰ ਕਿਵੇਂ ਲਵਾਉਂਦੇ ਆ। ਮੈਂ ਸਿਵਲ ਸਰਜਨ ਸੀਗਾ, ਇੱਕ ਤੋਂ ਬਾਅਦ ਲਾਲੜੂ ਦੀ ਐਗਜ਼ਾਮਪਲ ਤਾਂ ਤੁਹਾਨੂੰ ਦੇ ਦਿੱਤੀ ਕਿ 25 ਬਿਸਤਰਾਂ ਦਾ ਹਸਪਤਾਲ ਬਣਿਆ, ਉਹਨੂੰ ਰੈਕੋਗਨਾਈਜ਼ ਨਹੀਂ ਕੀਤਾ, ਚਲ 1994 ਤੋਂ ਲੈ ਕੇ 2013 ਤੱਕ ਮੈਨੇ ਡੋਨੇਸ਼ਨ 'ਤੇ ਚਲਾਇਆ, 100% ਡੋਨੇਸ਼ਨ 'ਤੇ ਚਲਾਇਆ, ਇੱਕ ਛੋਟੀ ਜਿਹੀ ਡਿਸਪੈਂਸਰੀ ਸੀਗੀ ਉਹਦੀ ਜਗ੍ਹਾ 'ਤੇ ਬਿਲਡਿੰਗ ਬਣਾਤੀ, ਫਿਰ ਉਸਨੂੰ ਟੇਕ ਓਵਰ ਨਹੀਂ ਕੀਤਾ। ਪਰ ਫਿਰ ਮੈਂ ਆਪਣੇ ਪਰਸਨਲ ਐਫਰਟਸ ਦੇ ਨਾਲ, ਕਿਉਂਕਿ ਮੈਂ ਪਹਿਲਾਂ ਉੱਥੇ ਮੈਡੀਕਲ ਅਫਸਰ ਰਿਹਾ, ਫਿਰ ਮੈਂ SMO ਵੀ ਰਿਹਾ ਉੱਥੇ, ਉਹਨੂੰ ਅਸੀਂ ਪਰਸਨਲ ਐਫਰਟਸ ਦੇ ਨਾਲ ਚਲਾ ਲਿਆ, ਐਜ ਏ ਸਿਵਲ ਹੋਸਪਿਟਲ 'ਚ ਆਇਆ, ਅੱਛੀ OPD ਹੁੰਦੀ ਸੀਗੀ, ਇਨਡੋਰ ਪੇਸ਼ੈਂਟਸ ਵੀ ਹੁੰਦੇ ਸੀਗੇ, ਕਿਉਂਕਿ ਡਿਸਪੈਂਸਰੀ 'ਚ ਤਾਂ ਕੋਈ ਇਨਡੋਰ ਹੁੰਦਾ ਨਹੀਂ ਨਾ, ਪਰ ਮੈਨੂੰ ਤਾਂ ਖਾਮਿਆਜ਼ਾ ਵੀ ਭੁਗਤਣਾ ਪਿਆ, ਉਹਨੇ ਤੁਹਾਨੂੰ ਬਾਅਦ 'ਚ ਦੱਸਦਾ, ਅਤੇ ਮੈਂ ਐਜ ਏ ਸਿਵਲ ਸਰਜਨ ਤੁਹਾਨੂੰ ਦੱਸ ਰਿਹਾ ਵੀ ਫਾਜ਼ਿਲਕਾ ਜਿਹੜਾ ਹੈਗਾ ਅਬਹੋਰ ਬਹੁਤ ਵੱਡਾ ਸ਼ਹਿਰ ਹੈ ਆਪਾਂ ਸਾਰਿਆਂ ਨੂੰ ਪਤਾ ਪੰਜਾਬ ਦਾ, ਉਹਦੇ ਤੋਂ 8-10 ਕਿਲੋਮੀਟਰ 'ਤੇ ਇੱਕ ਕਮਿਊਨਿਟੀ ਹੈਲਥ ਸੈਂਟਰ ਬਣਾਤਾ ਜਿਹਦੇ 60 ਕਮਰੇ ਸੀਗੇ, ਅਤੇ 60 ਮਰੀਜ਼ ਨਹੀਂ, 60 ਨਹੀਂ 6 ਮਰੀਜ਼ ਨਹੀਂ ਉੱਥੇ ਕਦੀ ਵੀ ਹੋਏ, ਔਰ ਉਹਦੇ 2 ਕਿਲੋਮੀਟਰ 'ਤੇ ਫਿਰ ਇੱਕ 60 ਕਮਰਿਆਂ ਦਾ ਹਸਪਤਾਲ ਬਣਦਾ ਜਿਹਨੂੰ ਕਮਿਊਨਿਟੀ ਹੈਲਥ ਸੈਂਟਰ ਆਪਾਂ ਕਹਿੰਦੇ। ਤੁਸੀਂ ਆਪੇ ਹੀ ਸੋਚ ਲਓ, ਚਲੋ ਮੈਂ ਕਹਿੰਦਾ ਵੀ ਟੈਕਨੀਕਲ ਬੰਦਾ ਵੀ ਨਾ ਹੋਵੇ ਕੁਛ ਵੀ, ਉਹਨੂੰ ਹੈਲਥ ਬਾਰੇ ਵੀ ਨਾ ਵੀ ਕੁਛ ਵੀ ਪਤਾ, ਜਸਟ ਲੇਮੈਨ ਵੀ 2 ਕਿਲੋਮੀਟਰ 'ਤੇ ਤੁਸੀਂ 60-60 ਕਮਰਿਆਂ ਦੇ ਹਸਪਤਾਲ ਬਣਾਤੇ, ਤੁਸੀਂ ਕਿਵੇਂ ਜਸਟੀਫਾਈ ਕਰੋ? ਔਰ ਉਹਦੇ 'ਤੇ ਇੱਕ ਕਮਿਊਨਿਟੀ ਹੈਲਥ ਸੈਂਟਰ ਦੇ ਉੱਤੇ ਤਕਰੀਬਨ ਐਵਰੇਜ 5-5.5 ਕਰੋੜ ਰੁਪਇਆ ਖਰਚ ਹੁੰਦਾ ਹੈ ਇੱਕ ਨੂੰ ਬਣਾਉਣ ਵਾਸਤੇ, ਤੁਸੀਂ ਸਿਰਫ ਇਸ ਕਰਕੇ ਉਹ ਫੰਕਸ਼ਨਿੰਗ ਨੇ ਕਿ ਵੈਸੇ ਫੰਕਸ਼ਨ ਇੱਥੇ ਉਹਦੇ 'ਚ ਮੈਂ ਮੇਰੀ ਪੋਸਟਿੰਗ ਕੀਤੀ ਕਿ ਜ਼ਬਰਦਸਤੀ ਇੱਥੋਂ ਜਦੋਂ ਮੈਂ ਸਜ਼ਾ ਮਿਲੀ ਜਦੋਂ ਮੈਨੇ ਨਾ ਜਿਹੜਾ ਹੈਗਾ ਆਪਣਾ ਜਸਟ ਮੇਰੀ ਪ੍ਰਮੋਸ਼ਨ ਹੋਣ ਵਾਲੀ ਸੀ ਉਸ ਤੋਂ 20-25 ਦਿਨ ਪਹਿਲਾਂ ਹੀ ਨਵਾਂ ਮੰਤਰੀ ਜੀ ਬਣੇ ਜਿਹੜੇ ਆਪਣੇ ਮੋਹਾਲੀ ਵਾਲੇ MLA ਹੈਗੇ
ਉਹਨੇ 20-25 ਦਿਨ ਪਹਿਲਾਂ ਹੀ, ਜਦੋਂ ਕਿ ਇਹ ਪਤਾ ਸੀਗਾ ਕਿ ਮੇਰੀ ਪ੍ਰਮੋਸ਼ਨ, ਕਿਉਂਕਿ ਮੇਰੀ ਡੀ ਪੀ ਸੀ ਜਿਹੜੀ ਹੈਗੀ ਆ ਉਹ ਕਲੀਅਰ ਹੋ ਸੀ, ਸੀਨੀਅਰ ਮੋਸਟ ਮੈਂ ਹੀ ਸੀਗਾ, ਮੈਂ ਹੀ ਪ੍ਰਮੋਟ ਹੋ ਕੇ ਅੱਜ ਸਿਵਲ ਸਰਜਨ ਲੱਗਣਾ ਸੀਗਾ, ਤਾਂ ਇੱਥੋਂ ਮੇਰੀ 20-25 ਦਿਨ ਪਹਿਲਾਂ ਜਿਹੜੀ ਹੈਗੀ ਆ ਉਸ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਕੀਤੀ ਜਿੱਥੇ ਇੱਕ ਵੀ ਮਰੀਜ਼ ਨਹੀਂ ਆਉਂਦਾ। ਅੱਛਾ। ਉੱਥੇ ਮੈਂ ਅੱਗੇ ਹਮੇਸ਼ਾ ਕਹਿੰਦਾ ਹੁੰਦਾ ਸੀ, ਹੁੰਦਾ ਕੀ ਹੁੰਦਾ ਸੀਗਾ ਕਿ ਅਸੀਂ 5-6 ਇੰਪਲਾਈ ਅਤੇ 3-4 ਕੁੱਤੇ ਬਸ, ਹੋਰ ਕੁਛ ਨਹੀਂ ਸੀ ਹੁੰਦਾ, ਅਤੇ 60 ਕਮਰਿਆਂ ਦਾ ਹਸਪਤਾਲ ਸੀਗਾ ਉੱਥੇ, 5.5 ਕਰੋੜ ਰੁਪਇਆ ਖਰਚ ਹੋਇਆ ਸੀ। ਇਹ ਮਤਲਬ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿਉਂ ਨਹੀਂ ਕਰਦੇ, ਐਕਚੁਲੀ ਇਹ ਲੋਕ ਜਿਹੜੇ ਹੈਗੇ ਨੇ ਨਾ, ਪਹਿਲੀ ਗੱਲ ਤਾਂ ਹੈਗਾ ਕਿ ਮੈਂ ਕਦੀ ਕੋਈ ਹੈਲਥ ਮਿਨਿਸਟਰ ਐਜੂਕੇਟਡ ਦੇਖਿਆ ਨਹੀਂ। ਹੁਣ ਆਪਾਂ ਪਿੱਛੇ ਜੇ ਆਪਾਂ ਦੇਖਿਆ ਕਿ ਸੈਂਟਰ ਗਵਰਨਮੈਂਟ ਦੇ ਵਿੱਚ ਕੁਆਲੀਫਾਈਡ ਡਾਕਟਰ ਡਾਕਟਰ ਹਰਸ਼ਵਰਧਨ ਜਿਹੜੇ ਸੀਗੇ ਉਹ, ਪਰ ਉਹ ਇਫੈਕਟਿਵ ਹੀ ਨਹੀਂ ਹੋ ਸਕੇ, ਇਫੈਕਟਿਵ ਹੋਣਾ ਨਹੀਂ ਆਇਆ ਸਰ ਉਹਨਾਂ ਨੂੰ, ਜੋ ਵੀ ਹੈਗਾ ਸੀ, ਜੋ ਵੀ ਹੈਗਾ। ਤੁਸੀਂ ਦੇਖੋ ਅਸੀਂ, ਮੈਨੂੰ ਬੜੀ ਆਸ ਸੀਗੀ ਵੀ ਇੱਕ ਡਾਕਟਰ ਜਿਹੜਾ ਹੈ, ਸਾਨੂੰ ਵੀ ਆਸ ਸੀ ਕਿ ਇਧਰ ਕਰੋਨਾ ਪੈਂਡੈਮਿਕ ਵੀ ਆ, ਡੋਨਟ ਵਰੀ, ਉੱਥੇ ਇੱਕ ਖੁਦ ਡਾਕਟਰ ਮਿਨਿਸਟਰ, ਹਾਂ ਮਿਨਿਸਟਰ ਹੈਗੇ ਆ, ਉਹ ਵੀ ਸੈਂਟਰ ਦੇ ਮਿਨਿਸਟਰ। ਜਦੋਂ ਆਪਾਂ ਹੁਣ ਦੀ ਘੜੀ ਮੰਨ ਕੇ ਚੱਲ ਰਹੇ ਹਾਂ ਵੀ ਜਿਹੜੀ ਸੈਂਟਰ ਦੀ ਸਰਕਾਰ ਉਹ ਡਿਕਟੇਸ਼ਨ ਕਰਦੀ ਹੈ, ਡਿਕਟੇਟਰ ਦੇ ਤੌਰ ਤੇ ਐਕਟ ਹੈ, ਤੇ ਮਿਨਿਸਟਰ ਤੋਂ ਉਹਨਾਂ ਦਾ ਜਿਹੜਾ ਹੈਗਾ ਉਹ ਐਕਟ ਹੀ ਨਹੀਂ ਕਰ ਸਕਿਆ, ਔਰ ਫਿਰ ਉਹਨੂੰ ਹਟਾਉਣਾ ਵੀ ਪੈ ਗਿਆ ਹੁਣ ਵਿੱਚ ਜਿਹੜੀ। ਸੋ ਮੇਰਾ ਕਹਿੰਦਾ ਵਾ ਲੈ ਗਿਆ ਕਿ ਸਿਹਤ ਇਹਨਾਂ ਦੀ ਪ੍ਰਾਇਰਟੀ ਨਹੀਂ ਹੈ, ਨਾ ਇਹਨਾਂ ਦੀ ਐਜੂਕੇਸ਼ਨ ਪ੍ਰਾਇਰਟੀ ਹੈ, ਨਾ ਇਹਨਾਂ ਦੀ ਸਿਹਤ ਪ੍ਰਾਇਰਟੀ ਹੈ। ਸਿਹਤ ਪ੍ਰਾਇਰਟੀ ਦੀ ਕਦੀ ਆਪਾਂ ਦੇਖਾਂਗੇ ਕਦੀ ਕਿ ਕਿਸੇ ਪੋਲੀਟੀਕਲ ਪਾਰਟੀ ਦੇ ਚੋਣ ਮੈਨੀਫੈਸਟੋ 'ਚ ਲਿਖਿਆ ਹੋਇਆ ਆ ਰਿਹਾ ਵੀ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ, ਤੁਹਾਡਾ ਹਰ ਇੱਕ ਦਾ ਇਹ ਜ਼ਿੰਮੇਵਾਰੀ ਤਾਂ ਨਹੀਂ ਲੈਂਦੇ ਕੁਛ ਵੀ। ਮੈਂ ਤਾਂ ਤੁਹਾਨੂੰ ਇਹਨਾਂ ਦੀ ਐਗਜ਼ਾਮਪਲ ਦੇ ਦਿੱਤੀ ਆ ਵੀ ਜਿਹੜਾ ਮਿਨਿਸਟਰ ਤੁਸੀਂ ਦੇਖੋ ਆਪਣਾ ਜਿਹੜਾ ਹੁਣ ਦੀ ਘੜੀ ਪੰਜਾਬ ਦੇ, ਜੇ ਆਪਾਂ ਸੈਂਟਰ ਦੀ ਤਾਂ ਆਪਾਂ ਗੱਲ ਕਰ ਹੀ ਲਈ ਵੀ ਉਹ ਮਿਨਿਸਟਰ ਇਫੈਕਟਿਵ ਨਹੀਂ ਹੋ ਪਾਇਆ ਵਿੱਚ, ਜਦੋਂ ਕਿ ਆਸ ਇਹ ਕੀਤੀ ਜਾਂਦੀ ਸੀ ਕਿ ਉਹਦਾ ਕਾਰਨ ਪਤਾ ਕੀ ਸੀਗਾ। ਆਪਾਂ ਸੈਕਿੰਡ ਗੱਲ ਕਰਨ ਲੱਗ ਗਏ ਜਿਵੇਂ ਪੈਂਡਮਿਕ ਜਿਹੜਾ ਸੀਗਾ ਇਹਦੇ 'ਚ ਜਿਹੜਾ ਨੋਨ ਟੈਕਨੀਕਲ ਸਟਾਫ ਸੀਗਾ ਉਹ ਬਹੁਤ ਹੈਵੀ ਹੈ, ਇਹਦੇ 'ਚ ਸਾਰੀਆਂ ਪਾਵਰ ਜਿਹੜੀਆਂ ਨਾ ਉਹ, ਜਿਵੇਂ ਮੈਂ ਤਾਂ ਵਰਡ ਯੂਜ਼ ਕਰਦਾ ਵੀ ਅਨਐਜੂਕੇਟਡ ਟੀਚਿੰਗ ਦਾ ਐਜੂਕੇਟਡ ਜਿਹੜਾ ਨੋਨ ਟੈਕਨੀਕਲ ਨੋਨ ਮੈਡੀਕਲ ਸਟਾਫ ਸੀਗਾ, ਰਦਰ ਇਨ ਦੈਟ ਸੈਂਸ ਸਾਰੀਆਂ ਪਾਵਰਾਂ ਜਿਹੜੀਆਂ ਹੈਗੀਆਂ ਉਹ ਡੀ ਸੀ ਨੂੰ ਦੇ ਦਿੱਤੀਆਂ, ਫਿਰ ਇਸ ਨੂੰ ਐਸ ਟੀ ਐਮ ਨੂੰ ਦਿੱਤੀਆਂ ਹੋਈਆਂ ਨੇ, ਇਹਨਾਂ ਵਿੱਚ ਉਹੀ ਮੈਨੇਜ ਕਰਦੇ ਹਾਂ ਸਿਸਟਮ ਨੂੰ। ਜਿਹੜੇ ਬੰਦੇ ਨੂੰ ਹੈਲਥ ਬਾਰੇ ਪਤਾ ਹੀ ਨਹੀਂ, ਜਿਹਨਾਂ ਨੇ ਪੜ੍ਹਿਆ ਹੀ ਨਹੀਂ, ਜਿਹਨੇ ਪੜ੍ਹਿਆ ਹੀ ਨਹੀਂ, ਉਹਨਾਂ ਦੇ ਥਰੂ ਤੁਸੀਂ ਮੈਨੇਜ ਕਰ ਹੈਲਥ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰੋ। ਮੇਰੇ ਵਰਗਾ ਤਾਂ ਫਿਰ ਰੋਲਡ ਕਰਦਾ ਰਿਹਾ, ਮੈਂ ਤੁਹਾਨੂੰ ਦੱਸਣਾ ਕਿ ਮੇਰੀ 25 ਵਾਰੀ ਟ੍ਰਾਂਸਫਰ ਹੋਈ। ਅੱਛਾ ਜੀ। ਉਹ ਇਸੇ ਕਰਕੇ ਹੁੰਦੀ ਸੀ ਕਿਉਂਕਿ ਜਿਹੜੀ ਇਹ ਪੋਲਿਸੀਜ਼ ਆਉਂਦੇ ਸੀ, ਅਸੀਂ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਡੇ 1 ਤੋਂ ਡੋਨੇਸ਼ਨ 'ਤੇ ਕੰਮ ਕੀਤਾ, ਬੜੇ ਸਾਰੇ ਹਸਪਤਾਲ ਨੇ। ਜੇ ਆਪਾਂ ਮੋਹਾਲੀ ਸਿਰਫ ਇਕੱਲੇ ਦੀ ਗੱਲ ਕਰੀਏ ਨਾ, ਮੋਹਾਲੀ ਦੇ ਵਿੱਚ ਲਾਲੜੂ ਹੋਸਪਿਟਲ ਹੈ ਵੱਡਾ, ਅੱਗੇ ਡੇਰਾ ਬੱਸੀ ਆਉਂਦਾ, ਫਿਰ ਇੱਧਰ ਘਨੂਆ ਹੈਗਾ, ਬੂਥਗੜ੍ਹ ਹੈਗਾ, ਅਤੇ ਈਵਨ ਆਪਣਾ ਸਿਵਲ ਸਰਜਨ, ਇਹ ਸਾਰੇ ਮੇਰੇ ਹੱਥ ਦੇ ਇੰਪਰੂਵ ਕੀਤੇ ਹੋਣ ਜਿਨ੍ਹਾਂ ਦੇ ਵਿੱਚ ਇਨਫਰਾਸਟਰਕਚਰ ਕ੍ਰੀਏਟ ਕਰਨੀ, ਕਿਉਂਕਿ ਸਭ ਤੋਂ ਪਹਿਲਾਂ ਸਿਟਿੰਗ ਪਲੇਸ ਜਿਹੜੀ ਹੈਗੀ, ਜੇ ਤੁਸੀਂ ਕਦੀ ਬੂਥਗੜ੍ਹ ਜਾ ਕੇ ਦੇਖੋ ਤਾਂ ਤੁਹਾਨੂੰ ਲੱਗੂਗਾ ਕਿ 5-star ਹੋਟਲ ਹੈ ਉਹ, ਅੱਛੀ ਬਣੀ ਹੋਈ ਹੈ। ਹਾਂ, ਅੱਛੀ ਬਣੀ ਹੋਈ ਹੈ, ਕਈ ਸਾਰੇ ਅਵਾਰਡ ਵੀ ਉਹਨੂੰ ਜਿਹੜੇ ਹੈਗੇ ਮਿਲੇ। ਇਸੇ ਤਰ੍ਹਾਂ ਹੀ ਅਸੀਂ, ਮੇਰੀ ਮੋਮ ਦੋ ਵੋਟ ਇਹਨਾਂ ਨੇ ਟ੍ਰਾਂਸਫਰ ਕੀਤੀ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ, ਉਸ ਨੇ ਵੀ ਉਸ ਨੂੰ ਬਲੈਕਲਿਸਟਡ ਕਹਿੰਦੇ ਸੀਗੇ PSC, ਜਦੋਂ ਮੈਂ ਗਿਆ ਉਸਨੇ ਸਾਰੇ ਅਵਾਰਡ ਦਿੱਤੇ ਜਿਹੜੇ ਹੈਗੇ। ਇਸ ਤਰ੍ਹਾਂ ਹੀ ਅਸੀਂ ਕਾਫੀ ਕੁਛ ਜਿਹੜਾ ਹੈਗਾ, ਜਦੋਂ ਮੈਂ ਸਿਵਲ ਸਰਜਨ ਸੀਗਾ ਉੱਥੇ ਇੰਪਰੂਵ ਕੀਤਾ, ਜਦੋਂ ਮੈਂ SMO ਸੀਗਾ। ਚਲੋ ਬਿਸਾਈਡ ਦੈਟ ਪੁਆਇੰਟ, ਕਿ ਇਹ ਲੋਕ ਜਿਹੜੇ ਜਦੋਂ ਇਨਫਰਾਸਟ੍ਰਕਚਰ ਦੀਆਂ ਆਪਾਂ ਜਦੋਂ ਗੱਲ ਕਰਦੇ ਹਾਂ ਜਾਂ ਇਹਨਾਂ ਲੋਕਾਂ ਦੀ ਵਿਜ਼ਨ ਦੀ ਗੱਲ ਕਰਦੇ ਹਾਂ, ਇਹਨਾਂ ਦੀ ਵਿਜ਼ਨ ਜਿਹੜੀ ਨਾ ਸਿਹਤ ਦੇ ਪ੍ਰਤੀ, ਉਹ ਕਦੀ ਵੀ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਲੈਣੀ। ਕਿਉਂਕਿ ਆਪਣਾ ਜਿਹੜਾ ਤੁਸੀਂ ਦੇਖੋ ਹੈਲਥ ਮਿਨਿਸਟਰ ਸੀਗਾ, ਪੈਂਡੇਮਿਕ ਆਇਆ ਔਰ ਆਪਣੇ ਘਰ ਦੇ ਬਾਹਰ ਲਿਖ ਕੇ ਲਾਇਆ ਸੀ ਨੋ ਪਬਲਿਕ ਡੀਲਿੰਗ। ਜਿਸ ਫਿਰ ਕਿਸੇ ਨੇ ਮੇਰੇ ਕੋਲ ਸਵਾਲ ਪੁੱਛਿਆ ਸੀਗਾ ਵੀ ਮਿਨਿਸਟਰ ਨੂੰ ਕਿਹੜਾ ਕੁਛ ਸਾਰਾ ਕੁਛ ਪਤਾ ਹੁੰਦਾ, ਮੈਂ ਕਿਹਾ ਚੱਲ ਯਾਰ ਮੈਂ ਇਹ ਵੀ ਮੰਨ ਲੈਂਦਾ ਕਿ ਮਿਨਿਸਟਰ ਨੂੰ ਸਾਰਾ ਕੁਛ ਨਹੀਂ ਪਤਾ ਹੁੰਦਾ। ਇਹ ਗੱਲ ਠੀਕ ਵੀ ਹੈਗੀ ਆ ਵੀ ਹਰ ਇੱਕ ਬੰਦੇ ਨੂੰ ਹਰ ਇੱਕ ਚੀਜ਼ ਦਾ ਤਾਂ ਨਹੀਂ ਪਤਾ ਹੁੰਦਾ, ਨਹੀਂ ਹੁੰਦਾ। ਹਾਂ, ਠੀਕ ਹੈ, ਭਾਵੇਂ ਤੁਸੀਂ ਜਿੰਨੇ ਮਰਜ਼ੀ ਪੜ੍ਹ ਲਓ, ਜੋ ਮਰਜ਼ੀ ਆਪਣੀ ਅਕੈਡਮਿਕ ਕੁਆਲੀਫਿਕੇਸ਼ਨ ਤੁਹਾਡੀ, ਸਾਰਾ ਕੁਛ ਤਾਂ ਨਹੀਂ ਤੁਹਾਨੂੰ ਪਤਾ ਹੁੰਦਾ। ਪਰ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਮਿਨਿਸਟਰ ਘਰੋਂ ਹੀ ਬਾਹਰ ਨਾ ਨਿਕਲੇ, ਇਸ ਨੂੰ ਤਾਂ ਆਪਾਂ ਫਿਰ ਮਿਨਿਸਟਰਸ਼ਿਪ ਨਹੀਂ ਨਾ ਕਹਿੰਦੇ। ਇਹਦਾ ਮਤਲਬ ਹੈਗਾ ਵੀ ਉਸਨੂੰ ਕੁਛ ਵੀ ਨਹੀਂ ਪਤਾ, ਉਹਨਾਂ ਤੋਂ ਉਮੀਦ ਹੈ ਕਿ ਉਹ ਲੀਡ ਕਰਨਗੇ। ਹਾਂ, ਮੈਂ ਐਕਸਪੈਕਟ ਕਰਦਾ ਸੀਗਾ ਜਾਂ ਮੇਰੀ ਸੁਜੈਸ਼ਨ ਲਈ ਵੀ ਅਗਰ ਤੁਹਾਨੂੰ ਹੈਲਥ ਮਿਨਿਸਟਰ ਐਜ਼ ਏ ਹੈਲਥ ਮਿਨਿਸਟਰ ਤੁਹਾਨੂੰ ਮੈਡੀਕਲ ਸਾਇੰਸ ਬਾਰੇ ਨਹੀਂ ਪਤਾ ਜਾਂ ਤੁਸੀਂ ਨਹੀਂ ਜ਼ਿਆਦਾ ਪੜ੍ਹੇ ਲਿਖੇ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਉਹ ਪੋਲੀਟੀਕਲ ਸਿਸਟਮ ਹੈ, ਤੁਸੀਂ ਮਿਨਿਸਟਰ ਬਣ ਸਕਦੇ ਹੋ, ਅਨਪੜ੍ਹ ਵੀ ਮਿਨਿਸਟਰ ਬਣ ਸਕਦਾ, ਮੈਨੂੰ ਇਸ ਚੀਜ਼ ਦੀ ਓਬਜੈਕਸ਼ਨ ਨਹੀਂ ਹੈ। ਪਰ ਮੈਨੂੰ ਇਸ ਗੱਲ ਦੇ ਉੱਤੇ ਓਬਜੈਕਸ਼ਨ ਹੈਗਾ ਕਿ ਮਿਨਿਸਟਰ ਜਿਹੜਾ ਹੈਗਾ ਜਦੋਂ ਇੱਕ ਪੈਂਡੇਮਿਕ ਹੈ, ਇੱਕ ਬਹੁਤ ਵੱਡੀ ਐਮਰਜੈਂਸੀ ਲੱਗੀ ਹੈ, ਤੁਸੀਂ ਕਦੀ ਜਲੰਧਰ ਜਾ ਕੇ ਬੈਠੋ, ਕਦੀ ਲੁਧਿਆਣੇ ਬੈਠੋ, ਕਦੀ ਅੰਮ੍ਰਿਤਸਰ ਬੈਠੋ, ਤੁਸੀਂ ਜਾ ਕੇ ਇਹ ਗੱਲ ਕਹੋ ਕਿ ਚਲੋ ਵੀ ਮੈਂ ਬੈਠਾ ਤੁਸੀਂ ਕੰਮ ਕਰੋ, ਹੈ ਨਾ। ਇੰਨੀ ਹੀ ਵੱਡਿਆਂ ਦੀ ਆਪਾਂ ਸ਼ਾਬਾਸ਼ ਜੀ, ਇਸੇ ਤਰ੍ਹਾਂ ਘਰ 'ਚ ਵੀ ਆਪਾਂ ਇੱਦਾਂ ਕਰਦੇ ਹਾਂ ਕਿ ਘਰ 'ਚ ਜਿਹੜਾ ਵੱਡਾ ਹੋਵੇ ਉਹ ਥੋੜ੍ਹਾ ਬੱਚਿਆਂ ਨੂੰ ਸ਼ਾਬਾਸ਼ ਦਿੰਦੇ ਨੇ, ਬੱਚੇ ਜਿਹੜੇ ਹੈਗੇ ਆਪਣਾ ਕੰਮ ਕਰਦੇ ਨੇ। ਚਲੋ, ਜੇ ਦੀ ਬੈਸਟ ਹੈਲਥ ਸਿਸਟਮ ਆਪਣਾ ਨਹੀਂ ਬਣ ਸਕਦਾ ਪੰਜਾਬ ਦਾ, ਔਰ ਸਫੀਸ਼ੀਐਂਟ ਹੈਗਾ ਕਿ ਨਹੀਂ ਹੈਗਾ,
ਕਿਉਂਕਿ ਹੈਲਥ ਨੂੰ ਮੈਂ ਬਹੁਤ ਨੇੜੇ ਹੋ ਕੇ ਵੇਖਿਆ ਹੋਇਆ ਬਲਕਿ ਪ੍ਰੈਕਟਿਸ ਕੀਤੀ ਹੈ ਮੈਂ 33 ਸਾਲ ਪੰਜਾਬ ਗਵਰਨਮੈਂਟ ਹੈਲਥ ਦੀ ਮੈਂ ਨੌਕਰੀ ਕੀਤੀ ਹੈ ਬਹੁਤ ਸਾਰੇ ਆਰਟੀਕਲਸ ਮੇਰੇ ਵੱਲੋਂ ਲਿਖੇ ਗਏ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ 25 ਵਾਰੀ ਅਗਰ ਮੇਰੀ ਟ੍ਰਾਂਸਫਰ ਹੋਈ ਹੈ ਇਹਦਾ ਮਤਲਬ ਗਵਰਨਮੈਂਟ ਨਾਲ ਕੁਝ ਕੰਫਲਿਕਟ ਵੀ ਰਿਹਾ ਹੋਏਗਾ ਜ਼ਰੂਰ ਵਿੱਚ ਸੱਚਾ ਝੂਠਾ ਇੱਕ ਸੈਕਿੰਡ ਪਾਰਟ ਹੈਗਾ ਲੇਕਿਨ ਮੇਰੀ ਇਨਵੋਲਵਮੈਂਟ ਰਹੀ ਹੈ 25 ਵਾਰੀ ਟ੍ਰਾਂਸਫਰ ਦਾ ਮਤਲਬ ਹੈਗਾ ਕਿ ਮੇਰੀ ਸ਼ਿਕਾਇਤ 'ਤੇ ਟ੍ਰਾਂਸਫਰ ਨਹੀਂ ਹੋਈਆਂ ਇਹ ਮੇਰੀਆਂ ਸੀਗੀਆਂ ਗਵਰਨਮੈਂਟ ਦੇ ਨਾਲ ਪੋਲਸੀ ਬੇਸਡ ਜਿਹੜੀ ਹੈਗੀ ਹੈ ਮੈਂ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਨਹੀਂ ਸੀ ਉਹਨਾਂ ਦੇ ਨਾਲ ਐਗਰੀ ਕਰਦਾ ਵੀ ਤੁਸੀਂ ਕਿਉਂ ਲੋਕਾਂ ਨੂੰ ਹਰਾਸ ਕਰਦੇ ਹੋ ਜਿਸ ਤਰ੍ਹਾਂ ਹੁਣੇ ਹੁਣੇ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਕਿ ਲਾਲੂਡੂ ਦੇ ਵਿੱਚ 25 ਬਿਸਤਰਿਆਂ ਦਾ ਹਸਪਤਾਲ ਬਣਿਆ 30 ਦਾ ਤੁਸੀਂ ਫਿਰ ਰੁਕ ਦਿੱਤਾ ਔਰ ਉਹਦੇ ਉਹਦੇ ਫਿਰ ਉਹ ਤਾਂ ਚਿੱਟੇ ਹੱਥੀ ਹੋ ਗਏ ਨਾ ਉਹਦੇ ਨਾਲ ਹੀ ਫਿਰ ਇੱਕ ਚਿੱਟੇ ਹੱਥੀਆਂ ਦਾ ਬੱਚਾ ਜਿਵੇਂ 1800 ਬਿਲਡਿੰਗਸ ਦੀ ਮੈਨਿੰਗ ਸੋ ਇਹ ਇਹ ਗੱਲਾਂ 'ਤੇ ਮੇਰਾ ਓਬਜੈਕਸ਼ਨ ਸੀਗਾ ਇਹਨਾਂ ਗੱਲਾਂ 'ਤੇ ਹੋਰ ਵੀ ਬਹੁਤ ਸਾਰੇ ਓਬਜੈਕਸ਼ਨ ਸੀਗੇ ਪਿੱਛੇ ਜੇ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਗੱਲ ਸੁਣਾਓ ਵੈਸੇ ਤਾਂ ਮੇਰੇ ਕੋਲ ਬਹੁਤ ਸਾਰੀਆਂ ਸਟੋਰੀਆਂ ਨੇ 25 ਦੀਆਂ 25 ਸਟੋਰੀਆਂ ਹੈਗੀਆਂ ਨੇ ਕਿ ਪੰਜਾਬ ਗਵਰਨਮੈਂਟ ਨੇ 2016 ਦੀ ਗੱਲ ਕਰਿਆ ਮੇਰੇ ਖਾਂਸੀ ਵਾਲੀ ਦਵਾਈ ਖਰੀਦੀ 2016 ਦਾ ਜੇ ਤੁਹਾਨੂੰ ਯਾਦ ਹੋਵੇ ਤਾਂ ਉਦੋਂ ਡਰੱਗ ਦੇ ਉੱਤੇ ਬਹੁਤ ਜ਼ਿਆਦਾ ਰੌਲਾ ਸੀਗਾ ਬਹੁਤ ਜ਼ਿਆਦਾ ਰੌਲਾ ਸੀਗਾ ਔਰ 2014 'ਚ ਸਭ ਤੋਂ ਪਹਿਲਾਂ ਰੌਲਾ ਪਿਆ 2014 ਦੇ ਵਿੱਚ ਮੇਰੇ ਵੱਲੋਂ ਹੀ ਸਭ ਤੋਂ ਪਹਿਲਾਂ ਕੰਪੇਨ ਪੰਜਾਬ ਗਵਰਨਮੈਂਟ ਦੀ ਸਟਾਰਟ ਕਰਨ ਤੋਂ ਵੀ ਪਹਿਲਾਂ ਅਸੀਂ ਕੰਪੇਨ ਡੀ ਐਡਿਕਸ਼ਨ ਦੀ ਸਟਾਰਟ ਕੀਤੀ ਚਲੋ ਮੈਂ ਮੈਂ ਕਿਸੇ ਨੂੰ ਟ੍ਰੀਟ ਤਾਂ ਨਹੀਂ ਕਰਨਾ ਸੀਗਾ ਲੇਕਿਨ ਮੈਂ ਕਾਉਂਸਲਿੰਗ ਤਾਂ ਕਰ ਹੀ ਸਕਦਾ ਸੀ ਅਵੇਅਰਨੈਸ ਐਂਡ ਕਾਉਂਸਲਿੰਗ ਕਰ ਸਕਦੇ ਸੀ ਉਹ ਅਸੀਂ ਉੱਥੇ ਕਾਫੀ ਸਟਾਰਟ ਕੀਤਾ ਔਰ ਹਾਈਲਾਈਟ ਹੋਇਆ ਮੀਡੀਆ ਦੇ ਵਿੱਚ ਔਰ ਹਾਈਲਾਈਟ ਹੋਣ 'ਤੇ ਇਹ ਹੋਇਆ ਕਿ ਮੇਰੇ ਕੋਲ ਤਕਰੀਬਨ ਪੰਜਾਬ ਗਵਰਨਮੈਂਟ ਦੇ ਸਾਰੇ ਸੀਨੀਅਰ ਮੋਸਟ ਆਫਿਸਰਸ ਇੰਕਲੂਡਿੰਗ ਜਿਹੜੀ ਉਸ ਟਾਈਮ ਦੇ ਉੱਤੇ ਇਹਨਾਂ ਨੇ ਇੱਕ ਡੀ ਐਡਿਕਸ਼ਨ ਦੀ ਨਾ ਕਮੇਟੀ ਵੀ ਬਣਾਈ ਸੀਗੀ ਚ ਬੋਰਡ ਕਹਿੰਦੇ ਸੀ ਬਣਾਇਆ ਅਸੀਂ ਡੀ ਐਡਿਕਸ਼ਨ ਬੋਰਡ ਉਹ ਪਤਾ ਨਹੀਂ ਕਾਗਜ਼ਾਂ ਕੁਗਜ਼ਾਂ 'ਚ ਹੀ ਰਹਿ ਗਿਆ ਉਹਦਾ ਚੇਅਰਮੈਨ ਤਾਂ ਵੈਸੇ ਮੇਰੇ ਕੋਲ ਉੱਥੇ ਲਾਲੜੂ ਆ ਕੇ ਗਏ ਈਵਨ ਇੰਕਲੂਡਿੰਗ ਉਹ ਐਸ ਡੀ ਟੀ ਦਾ ਚੀਫ ਮਿਨਿਸਟਰ ਉਸ ਟਾਈਮ ਦੇ ਉੱਤੇ ਮੇਰੇ ਕੋਲ ਆ ਕੇ ਗਏ ਸਾਰੇ ਕਿ ਤੂੰ ਕਿਸ ਤਰ੍ਹਾਂ ਕਰ ਰਿਹਾ ਵਿੱਚ ਜਾਂ ਕੀ ਪ੍ਰੋਬਲਮਸ ਹੈਗੀ ਕਿਉਂਕਿ ਮੈਂ ਇਨਵੋਲਵ ਸੀਗਾ ਵਿੱਚ ਜਿਹੜਾ ਹੈਗਾ 2016 ਦੇ ਵਿੱਚ ਪੰਜਾਬ ਗਵਰਨਮੈਂਟ ਨੇ ਇੱਕ ਦਿਨ ਬਾਈ ਚਾਂਸ ਸੀ ਕਿਉਂਕਿ ਸਾਡੇ ਕੋਲ ਨਾ ਜਦੋਂ ਆਪਾਂ ਮੈਡੀਸਿਨ ਲਿਖਦੇ ਹਾਂ ਨਾ ਹੋਸਪਿਟਲ ਦੇ ਵਿੱਚ ਪੇਸ਼ੈਂਟਸ ਦੇ ਵਿੱਚ ਭਾਵੇਂ ਐਸ ਐਮ ਵਾਲੀ ਪੋਸਟ ਜਿਹੜੀ ਆ ਉਹ ਐਡਮਿਨਿਸਟ੍ਰੇਟਿਵ ਪੋਸਟ ਹੁੰਦੀ ਹੈ ਲੇਕਿਨ ਮੈਨੂੰ ਕਲੀਨਿਕਲ ਵੀ ਸ਼ੌਂਕ ਸੀਗਾ ਇਸ ਕਰਕੇ ਮਰੀਜ਼ ਵੀ ਮੈਂ ਦੇਖਦਾ ਸੀ ਕੱਪ ਸਿਰਫ ਮੈਨੇ ਦੇਖਿਆ ਉਹਦੇ 'ਤੇ ਮੈਨੇ ਉਹਦੀ ਕੰਪੋਜੀਸ਼ਨ ਦੇਖੀ ਵਿੱਚ ਕਿਉਂਕਿ ਅਸੀਂ ਹਾਂ ਕਈ ਵਾਰੀ ਨਾ ਜਿਵੇਂ ਗਵਰਨਮੈਂਟ ਅੱਜ ਕੱਲ੍ਹ ਜੈਨਰਿਕ ਦੀਆਂ ਗੱਲਾਂ ਕਰਦੀ ਹੈ ਵਿੱਚ ਚਲੋ ਅਸੀਂ ਲਿਖਣ ਲੱਗੇ ਪ੍ਰਸ਼ਨ 'ਚ ਕਈ ਵਾਰੀ ਕੱਪ ਸਿਰਫ ਵੀ ਵਿੱਚ ਲਿਖਦੇ ਜਿਸ ਨਹੀਂ ਸੀ ਪਤਾ ਹੁੰਦਾ ਤੁਹਾਡੇ ਕੋਲ ਆਇਆ ਕੀ ਹੈਗਾ ਵੀ ਜੋ ਕੁਛ ਵੀ ਆਇਆ ਹੋਗਾ ਦੇ ਦਿੰਦੇ ਉਹ ਬਾਈ ਚਾਂਸ ਉਹ ਇੱਕ ਸ਼ੀਸ਼ੀ ਮੇਰੇ ਹੱਥ ਆ ਗਈ ਮੈਨੇ ਦੇਖਿਆ ਜਦੋਂ ਓ ਪੀ ਡੀ 'ਚ ਬੈਠੇ ਹੋਏ ਨੇ ਉਸਨੂੰ ਉਹਦੇ ਜਿਹੜੇ ਸਾਲਟ ਸੀਗੇ ਉਹ ਡਬਲ ਨਸ਼ਾ ਸੀ ਉਹ 'ਚ ਇੱਕ ਨਸ਼ਾ ਨਹੀਂ ਡਬਲ ਨਸ਼ਾ ਉਹ ਮੇਰੀ ਕਿਤੇ ਫੇਸਬੁੱਕ 'ਤੇ ਲਿਖਿਆ ਗਿਆ ਫੇਸਬੁੱਕ ਤੋਂ ਕਿਸੇ ਟੀ ਵੀ ਚੈਨਲ ਵਾਲਿਆਂ ਨੇ ਪਿਕਅਪ ਕਰਤਾ ਉਹਨਾਂ ਨੇ ਮੇਰੀ ਬਾਈਟ ਲਈ ਮੇਰੇ ਕੋਲ ਆ ਕੇ ਉੱਥੇ ਜਿਹੜੀ ਹੈਗੀ ਹੈ ਮੇਰੀ ਬਾਈਟ ਤੋਂ ਬਾਅਦ ਫਿਰ ਕਿਸੇ ਹੋਰ ਸੀਨੀਅਰ ਡਾਕਟਰ ਦੀ ਵੀ ਉਹਨਾਂ ਨੇ ਕੰਸਲਟੇਸ਼ਨ ਲਈ ਕਿ ਇਹ ਵਾਕਈ ਜਿਹੜਾ ਡਾਕਟਰ ਮੁਲਤਾਨੀ ਬੋਲ ਰਿਹਾ ਕਿ ਇਹ ਤਾਂ ਨਸ਼ਾ ਇੱਕ ਨਸ਼ਾ ਨਹੀਂ ਹੈਗਾ ਡਬਲ ਨਸ਼ਾ ਹੈ ਔਰ ਡਬਲ ਨਸ਼ਾ ਪਤਾ ਕੀ ਹੈ ਅਫੀਮ ਅੱਛਾ ਅਫੀਮ ਦਾ ਸਿਰਫ ਖੰਘ ਦੀ ਦਵਾਈ ਦੇ ਵਿੱਚ ਹਾਂ ਡਬਲ ਨਸ਼ਾ ਅਫੀਮ ਦਾ ਜਿਹੜਾ ਹੈਗਾ ਵਿੱਚ ਔਰ ਜਦੋਂ ਮਿਨਿਸਟਰ ਕੋਲ ਪੁੱਛਿਆ ਗਿਆ ਉਹ ਜੀ ਇੱਦਾਂ ਹੀ ਹੁੰਦਾ ਹੈ ਬਸ ਅਤੇ ਬਦਲੀ ਮੇਰੀ ਮਤਲਬ ਲਾਲੜੂ ਤੋਂ ਬਜਾਏ ਕਿਸ ਗੱਲ ਨੂੰ ਐਪਰੀਸ਼ੀਏਟ ਕਰਦੇ ਕਿ ਕੋਈ ਕੱਪ ਜਦੋਂ ਆਪਾਂ ਪੰਜਾਬ ਦੇ ਵਿੱਚ ਡੀ ਐਡਿਕਸ਼ਨ ਦੀ ਆਪਾਂ ਗੱਲ ਕਰਦੇ ਹਾਂ ਨਸ਼ੇ 'ਚ ਡੁੱਬੇ ਹੋਏ ਪੰਜਾਬ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਉਹਦੇ 'ਚ ਜੇ ਤੁਹਾਡਾ ਆਫਿਸਰ ਇਹ ਗੱਲ ਤੁਹਾਨੂੰ ਕਹਿ ਰਿਹਾ ਕਿ ਇਹ ਗਲਤ ਜਿਹੜੀ ਹੈਗੀ ਹੈ ਤੁਸੀਂ ਮੈਡੀਸਿਨ ਖਰੀਦੀ ਹੋਈ ਹੈ ਤੁਸੀਂ ਉਸਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਤੁਸੀਂ ਉਸਨੂੰ 300-400 ਕਿਲੋਮੀਟਰ 'ਤੇ ਮੈਨੂੰ ਮਾਨਸਾ ਟ੍ਰਾਂਸਫਰ ਕਰ ਦਿੱਤਾ ਮਾਨਸਾ ਤੋਂ 4 ਮਹੀਨਿਆਂ ਬਾਅਦ ਫਿਰ ਉਹ ਪਾਕਿਸਤਾਨ ਦੇ ਬਾਰਡਰ 'ਤੇ ਮਮਦੋਟ ਫਿਰੋਜ਼ਪੁਰ ਟ੍ਰਾਂਸਫਰ ਕਰ ਦਿੱਤਾ ਆਹ ਹਾਲਾਤ ਨੇ ਇਹਨਾਂ ਲੋਕਾਂ ਦੇ ਤੁਸੀਂ ਬੈਸਟ ਉਹ ਖਾਂਸੀ ਦੀ ਦਵਾਈ ਬਿਨਾਂ ਸਰਕਾਰ ਦੀ ਪਰਮਿਸ਼ਨ ਤੋਂ ਤਾਂ ਹੀ ਨਹੀਂ ਹੋਣੀ ਵਿੱਚ 9 ਲੱਖ ਸ਼ੀਸ਼ੀਆਂ ਖਰੀਦੀਆਂ ਉਦੋਂ ਇਹਨਾਂ ਨੇ ਮੇਰੀ ਆਰ ਟੀ ਦੀ ਇਨਫੋਰਮੇਸ਼ਨ ਕਹਿੰਦੀ ਹੈ ਔਰ ਤੁਹਾਨੂੰ ਉਹਦੀ ਦੂਸਰਾ ਪਾਰਟ ਦੱਸਾਂ ਜਦੋਂ ਇਹ ਥੋੜ੍ਹਾ ਜਿਹਾ ਹਾਈਲਾਈਟ ਹੋਇਆ ਤਾਂ ਇਹ ਖਰੜ ਜਿਹੜਾ ਹੋਸਪਿਟਲ ਵਿੱਚ ਇੱਕ ਪੇਸ਼ੈਂਟ ਨੇ ਪਤਾ ਕੀ ਕੀਤਾ ਉਹਨੇ ਪੇਸ਼ੈਂਟ ਨੇ ਨਾ ਜਿਹੜੀ ਡਾਕਟਰ ਦੀ ਪ੍ਰਸਕ੍ਰਿਪਸ਼ਨ ਲਿਖੀ ਹੋਈ ਸੀ ਉਹਦੇ 'ਤੇ ਆਪੇ ਥੱਲੇ ਕੱਪ ਸਿਰਫ ਲਿਖ ਕੇ ਅਤੇ ਕੋਈ ਮੈਨੂੰ ਦਵਾਈ ਦੇ ਦੇ ਉਹ ਨੈਕਸਟ ਡੇ ਪੇਪਰ ਦੇ ਵਿੱਚ ਹਾਈਲਾਈਟ ਵੀ ਹੋਇਆ ਫਿਰ ਵਿੱਚ ਵੀ ਆਹ ਦੇਖੋ ਕਿਉਂਕਿ ਉਹਦਾ ਕਾਰਨ ਵਿੱਚ ਦੇਖਣ ਵਾਲੀ ਜਿਹੜੀ ਇਸ਼ੂ ਹੁੰਦਾ ਨਾ ਉਹ ਇਹ ਹੁੰਦਾ ਹੈ ਕਿ ਇੱਕ ਤਾਂ ਇਹ ਹੈਗਾ ਵੀ ਸਾਡੀ ਮਜ਼ਬੂਰੀ ਹੁੰਦੀ ਆ ਗਵਰਨਮੈਂਟ ਹੋਸਪਿਟਲ ਦੇ ਵਿੱਚ ਬੈਠਿਆ ਕਿ ਜੋ ਵੀ ਗਵਰਨਮੈਂਟ ਮੈਂ ਤਾਂ ਵੈਸੇ ਕਹਿੰਦਾ ਉਹਨਾਂ ਰੂੜੀਵਾਦੀ ਜੋ ਕੁਛ ਵੀ ਭੇਜਦੀ ਆ ਆਪਾਂ ਨੂੰ ਲਿਖਣਾ ਪਏਗਾ ਮਰੀਜ਼ ਨੂੰ ਦੇਣਾ ਪਏਗਾ ਵਿੱਚ ਜਿਹੜੀ ਹੈਗੀ ਹੈ ਔਰ ਉਹਦਾ ਇਫੈਕਟ ਇਹ ਹੁੰਦਾ ਕਿ ਜਿਸ ਤਰ੍ਹਾਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਦੇ 'ਚ ਤਾਂ ਨਸ਼ਾ ਹੁੰਦਾ ਹੈ ਨਾ ਫਿਰ ਉਹ ਕਦੀ ਆਪਣੀ ਮਾਂ ਨੂੰ ਵੀ ਭੇਜਤਾ ਤੂੰ ਵੀ ਖਾਂਸੀ ਵਾਲੀ ਦਵਾਈ ਲਿਆ ਕਿਸੇ ਭੈਣ ਨੂੰ ਵੀ ਭੇਜਤਾ ਵਾਈਫ ਨੂੰ ਵੀ ਭੇਜਤਾ ਸਕੀਮ ਲਗਾ ਸਕਦੇ ਕੋਈ ਵੀ ਸਕੀਮ ਲਗਾ ਸਕਦੇ ਸੋ ਜਿਹੜੀ ਪੰਜਾਬ ਸਰਕਾਰ ਡੀ ਐਡਿਕਸ਼ਨ ਦੀ ਗੱਲ ਕਰਦੀ ਸੀ ਉਹ ਤਾਂ ਆਪ ਹੀ ਨਸ਼ਾ ਵੇਚਦੀ ਖੁਦ ਹੀ ਨਸ਼ਾ ਦੇ ਰਿਹਾ ਉਹ ਵੀ ਸਰ ਕੱਫ ਸਿਰਫ ਦੇ ਵਿੱਚ ਐਂਡ
ਕਫ ਸਿਰਪ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਪਹਿਲਾਂ ਕਦੀ ਸੁਣਿਆ ਹੋਣਾ ਕਈ ਨਾਮ ਆਉਂਦੇ ਹੁੰਦੇ ਸੀਗੇ ਵਿੱਚ ਕਫ ਸਿਰਪ ਵਾਲੇ ਵਿੱਚ। ਹਾਂਜੀ ਹਾਂਜੀ, ਉਹ ਬੈਨ ਕਰ ਦਿੱਤੇ ਗਏ ਬਾਅਦ ਵਿੱਚ, ਹਾਂ ਬੰਦ ਕੀਤੇ ਗਏ। ਮੇਰੇ ਵੱਲੋਂ ਵੀ ਕਈ ਵਾਰੀ ਇਸ ਮੁੱਦਿਆਂ ਦੇ ਉੱਤੇ ਬੜੀ ਵਾਰੀ ਜਿਹੜੀ ਹੈਗੀ, ਇੱਕ ਕਫ ਸਿਰਪ ਦੇ ਪਿੱਛੇ ਮੈਂ 5-6 ਸਾਲ ਲੱਗਿਆ ਰਿਹਾ ਉਹਦੀ ਐਡ ਬੰਦ ਕਰਾਉਣ 'ਚ, ਕਿਉਂਕਿ ਉਹਦੇ 'ਚ ਵੀ ਹੈਬਿਟ ਫਾਰਮਿੰਗ ਡਰੱਗ ਸੀਗੀ। ਬਿਲਕੁਲ ਸਰ, ਉਹ ਕਿੰਨੇ ਹਰ ਇੱਕ ਘਰ ਦੀ, ਕੋਈ ਔਰਤ ਵੀ ਆਮ ਜਿਹਾ ਕਰਦੀ, ਕੋਈ ਵੀ ਬੱਚਾ ਟਾਈਪ 10-11-12 ਸਾਲ ਦਾ ਵੀ ਉਹਨੂੰ ਪੀ ਰਿਹਾ ਹੋ ਸਕਦਾ ਹੈ ਖਾਂਸੀ ਦੇ ਵਿੱਚ। ਭਾਵੇਂ 3 ਸਾਲ ਦਾ ਲੈ ਜਾਓ ਤੁਸੀਂ, ਕਿਉਂਕਿ ਜਦੋਂ ਸਾਡੇ ਕੋਲੋਂ ਸਵਾਲ ਪੁੱਛਣਾ ਹੈ ਨਾ ਕਿ ਤੁਸੀਂ ਦਵਾਈ ਜਿਹੜੀ ਹੈਗੀ ਆ ਹਸਪਤਾਲ ਦੀ ਕਿਉਂ ਨਹੀਂ ਲਿਖੀ, ਇੱਕ ਵਾਰੀ ਸਾਡੇ ਅੱਜ ਕੱਲ੍ਹ ਜਿਹੜੇ ਆਪਣੇ ਚੀਫ ਸੈਕਟਰੀ ਨੇ ਮੈਮ, ਇਹ ਫਗਵਾੜੇ ਹਸਪਤਾਲ ਦੀ ਮੈਨੂੰ ਗੱਲ ਯਾਦ ਹੈ ਕਿ ਉੱਥੇ ਗਏ ਔਰ ਡਾਕਟਰ 'ਤੇ ਇਹ ਇਲਜ਼ਾਮ ਲੱਗਿਆ ਕਿ ਤੁਸੀਂ ਹਸਪਤਾਲ ਦੀ ਦਵਾਈ ਕਿਉਂ ਨਹੀਂ ਲਿਖੀ, ਤੁਸੀਂ ਬਾਹਰ ਦੀ ਦਵਾਈ ਕਿਉਂ, ਉਹਨੂੰ ਸਸਪੈਂਡ ਕਰੇ। ਸੋ ਸਾਡੀ ਤਾਂ ਇਹ ਮਜਬੂਰੀ ਸੀਗੀ, ਤੁਹਾਡੇ ਕੋਲ ਭਾਵੇਂ ਸਵਾਹ ਪਈ ਹੋਈ ਹੈ, ਤੁਹਾਡੇ ਕੋਲ ਭਾਵੇਂ ਜ਼ਹਿਰ ਪਿਆ ਹੋਇਆ, ਅਗਰ ਤੁਹਾਡੇ ਕੋਲ ਕਫ ਸਿਰਫ ਹੈਗਾ ਤਾਂ ਤੁਸੀਂ ਬਾਹਰ ਦਾ ਕਫ ਸਿਰਫ ਨਹੀਂ ਲਿਖਣਾ, ਭਾਵੇਂ ਉਹ 1 ਸਾਲ ਦੇ ਬੱਚੇ ਨੂੰ ਦਿਓ, ਭਾਵੇਂ 1 ਦਿਨ ਦੇ ਬੱਚੇ ਨੂੰ ਦਿਓ, ਭਾਵੇਂ 100 ਸਾਲ ਦੇ ਬੁੱਢੇ ਨੂੰ ਦਿਓ। ਆਹ ਹਾਲਾਤ ਸੀਗੇ। ਆਪਾਂ ਫਿਰ ਤੁਸੀਂ ਵਰਡ ਪਹਿਲਾਂ ਵਧੀਆ ਯੂਜ਼ ਕੀਤਾ ਸੀ, ਮੈਂ ਬਾਰ ਬਾਰ ਰਿਪੀਟ ਕਰੂੰਗਾ ਉਹਨੂੰ, ਇਹ ਬੈਸਟ ਹੈਲਥ ਸਰਵਿਸਿਜ਼ ਦੀਆਂ ਗੱਲਾਂ ਨੇ ਵਿੱਚ। ਆਪਣੇ ਕੋਲ ਕੀ ਤਿਆਰੀ ਹੈ ਕਿ ਆਪਣੇ ਕੋਲ ਪੇਸ਼ੈਂਟ ਬੈਡ ਰੇਸ਼ੋ, ਪੇਸ਼ੈਂਟ ਡਾਕਟਰ ਰੇਸ਼ੋ, ਪੇਸ਼ੈਂਟ ਨਰਸ ਰੇਸ਼ੋ? ਨਹੀਂ ਨਹੀਂ, ਉਹਦੇ ਚ ਤੁਸੀਂ ਦੇਖੋ ਨਾ, ਜਦੋਂ ਪਿੱਛੇ ਆਪਾਂ ਜਦੋਂ ਸੈਕਿੰਡ ਵੇਵ ਆਈ ਵਿੱਚ ਜਿਹੜੀ ਹੈਗੀ ਹੈ, ਪੰਜਾਬ ਦੇ 22 ਡਿਸਟ੍ਰਿਕਟ 23 ਦੀ ਆਪਾਂ ਅੱਜ ਤੱਕ ਜ਼ਿਆਦਾ ਗੱਲ ਨਹੀਂ ਕਰਦੇ ਵਿੱਚ, 5 ਜਿਹੜੇ ਵੱਡੇ ਡਿਸਟ੍ਰਿਕਟਸ ਹੈਗੇ ਨੇ, ਅੰਮ੍ਰਿਤਸਰ, ਫਰੀਦਕੋਟ ਅਤੇ ਪਟਿਆਲਾ, ਇਹਦੇ 'ਚ ਤਾਂ ਮੈਡੀਕਲ ਕੋਲਜ ਨੇ, ਜਲੰਧਰ ਅਤੇ ਲੁਧਿਆਣੇ ਨੂੰ ਆਪਾਂ ਐਡ ਅਪ ਕਰਕੇ 5 ਡਿਸਟ੍ਰਿਕਟਸ ਨੂੰ ਛੱਡ ਕੇ ਬਾਕੀ ਸਰਕਾਰੀ ਹੋਸਪਿਟਲ ਦੇ ਵਿੱਚ ਤਾਂ ICU ਨਹੀਂ ਸੀਗਾ, ਤਾਂ ਤੁਸੀਂ TTK ਕਰਦੇ ਸੀਗੇ। ਰੌਲਾ ਤਾਂ ਜਿਹੜੇ 15 ਡਿਸਟ੍ਰਿਕਟਸ ਨੇ ਵਿੱਚ, 17 ਡਿਸਟ੍ਰਿਕਟਸ ਨੇ, ਉਹਦੇ 'ਚ ICU ਅੱਜ ਵੀ ਨਹੀਂ ਹੈ। ICU ਆਪਾਂ ਮੋਹਾਲੀ 'ਚ ਜਾਈਏ, ਆਪਣੇ ਕੋਲ ICU ਥੋੜ੍ਹੀ ਹੈ, ਅਤੇ ਫਿਰ ਜਿਹੜੇ ਹੈਗੇ ਆ ਇਹ ਪ੍ਰਾਈਵੇਟ ਹੋਸਪਿਟਲ ਇਹ ਫਰਾਡ ਨਹੀਂ ਕਰਨਗੇ ਤਾਂ ਹੋਰ ਕੀ ਕਰਨਗੇ ਫਿਰ ਵਿੱਚ? ਇਸੇ ਕਰਕੇ ਲੁੱਟ ਖਸੁੱਟ ਹੋਈ, ਇਸੇ ਕਰਕੇ ਵੇਵ ਤੋਂ ਬਾਅਦ 3rd ਵੇਵ ਦੀ ਤਿਆਰੀ ਕੋਈ ਤੁਹਾਨੂੰ ਲੱਗਦਾ ਵੈਸੇ? ਨਹੀਂ, ਮੈਂ ਪਿੱਛੇ ਜੇ ਸੁਣਿਆ ਸੀਗਾ, ਜਿਵੇਂ ਇਹਨਾਂ ਨੇ, ਤੁਸੀਂ ਸੁਣਿਆ ਹੋਣਾ 2nd ਵੇਵ ਦੇ ਜਦੋਂ ਐਂਡ ਜਿਹਾ ਹੋਇਆ, ਉਦੋਂ ਬਹੁਤ ਸਾਰੇ ਪ੍ਰਾਈਵੇਟ ਜਾਂ NGOs ਜਾਂ ਕੁਛ ਪੋਲੀਟੀਸ਼ੀਅਨਸ ਨੇ ਉਹ ਕਮਰਿਆਂ ਦੇ ਵਿੱਚ ਬੈੱਡ ਲਾ ਕੇ ਅਤੇ ਆਕਸੀਜਨ ਦਾ ਸਿਲੰਡਰ ਲਾ ਕੇ ਕਹਿੰਦੇ ਹਸਪਤਾਲ ਬਣਾ ਤਾ, ਉਹ ਬੇਸਿਕਲੀ ਉਹ ਹਸਪਤਾਲ ਨਹੀਂ ਸੀ ਹੈਗਾ। ਉਹ ਉਸ ਤਰ੍ਹਾਂ ਆਪਾਂ ਕਿਸੇ ਪੈਂਡੈਮਿਕ ਨੂੰ ਡੀਲ ਨਹੀਂ ਕਰ ਸਕਦੇ, ਜਾਂ ਜਿਹੜੀ ਹੈ ਜੇ ਆਪਾਂ ਕਹੀਏ ਕਿ ਉਹਦੇ ਨਾਲ ਕੋ ਆਪਾਂ ਮਰੀਜ਼ ਨੂੰ ਜ਼ਿਆਦਾ ਡੀਲ ਕਰ ਸਕਦੇ। ਠੀਕ ਹੈ, ਕੁਛ ਸਿੰਪਲ ਜਿਹਾ ਜਿਵੇਂ ਵੀ ਆਕਸੀਜਨ ਦੀ ਕਮੀ ਹੈਗੀ ਹੈ ਤਾਂ ਉੱਥੇ ਲਾ ਦਿੱਤਾ, ਪਰ ਫਿਰ ਵੀ ਆਕਸੀਜਨ ਦਾ ਤੁਸੀਂ ਦੇਖਿਆ ਵੀ ਆਕਸੀਜਨ ਨੂੰ ਲਾਉਣਾ ਜਿਹੜਾ ਇਹ ਟੈਕਨੀਕਲ ਕੰਮ ਹੈ, ਇਹ ਮੈਡੀਕਲ ਆਕਸੀਜਨ ਹੈ, ਇੱਦਾਂ ਨਹੀਂ ਹੈਗਾ ਕੋਈ ਵੀ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਨੱਕ 'ਚ ਤੁਸੀਂ, ਜਿਵੇਂ ਤੁਸੀਂ ਮੈਡੀਕਲ ਨਾਲ ਸੰਬੰਧਿਤ ਰਹੇ ਹੋ ਵੀ ਜਿਹਦੀ ਮਰਜ਼ੀ ਨੱਕ 'ਚ ਤੁਸੀਂ ਪਾ ਦਿਓ, ਨਹੀਂ ਇਸ ਤਰ੍ਹਾਂ ਨਹੀਂ ਸੀਗਾ। ਉਸ ਤੋਂ ਬਾਅਦ ਤੁਸੀਂ ਦੇਖੋ ਉਸੇ ਪੀਰੀਅਡ ਦੇ ਦੌਰਾਨ ਇਟ ਵਾਸ ਵਨ ਆਫ ਦਾ ਰੀਜ਼ਨਸ ਕਿ ਇਹ ਜਿਹੜੀ ਬਲੈਕ ਫੰਗਸ ਦੀ ਗੱਲ ਹੋਈ, ਵਾਈਟ ਫੰਗਸ ਦੀ ਗੱਲ ਹੋਈ, ਯੈਲੋ ਫੰਗਸ ਦੀ ਗੱਲ ਹੋਈ ਵਿੱਚ ਜਿਹੜੀ ਹੈਗੀ ਹੈ, ਉਹਦੇ 'ਚ ਵਨ ਆਫ ਦਾ ਰੀਜ਼ਨਸ ਵਾਸ ਕਿ ਸਿਰਫ ਆਕਸੀਜਨ ਲਾਣੀ ਹੀ ਇੰਪੋਰਟੈਂਟ ਨਹੀਂ ਹੈਗਾ, ਉਸ ਨੂੰ ਕਿਵੇਂ ਮੈਨੇਜ ਕਰਨਾ ਦੈਟ ਵਾਸ ਆਲਸੋ ਇੰਪੋਰਟੈਂਟ, ਪਲੱਸ ਉਹਦੀ ਜਿਹੜੀ ਆਪਾਂ ਕਹਿੰਦੇ ਹਾਂ ਵੀ ਉਹ ਤੁਹਾਡੀਆਂ ਪਾਈਪਸ ਦੀ ਸਟਰਲਾਈਜੇਸ਼ਨਸ, ਉਹ ਮੋਇਸਚਰ ਉੱਥੇ ਪੂਰੀ ਤਰ੍ਹਾਂ ਨਾ ਜਾਵੇ, ਹਾਂ ਸਾਫ਼ ਸਫਾਈ ਉਸਦੀ ਰੱਖਣੀ ਹੈ। ਵਨ ਆਫ ਦਾ ਰੀਜ਼ਨ ਵਾਸ ਕਿ ਇਹ ਵੀ ਜਿਵੇਂ ਸਟੀਰੋਇਡ ਦਾ ਓਵਰ ਯੂਜ਼ ਹੋਇਆ ਆਪਾਂ ਮੰਨਦੇ ਸੀਗੇ, ਜਿਹੜੀ ਸ਼ੂਗਰ ਦੀ ਬਿਮਾਰੀ ਜ਼ਿਆਦਾ ਹੈਗੀ ਆ ਉਹਦੇ ਕਰਕੇ ਇਹ ਹੋ ਸਕਦਾ ਸੀਗਾ, ਅਤੇ ਇਹ ਆਕਸੀਜਨ ਦੀ ਜਿਹੜੀ ਹੈਗੀ ਹੈ ਮਿਸਯੂਜ਼, ਕਿਉਂਕਿ ਬਹੁਤ ਵਾਰੀ ਨਾ ਇਹਦੇ ਵਾਸਤੇ ਵਰਡ ਯੂਜ਼ ਲੰਗਰ ਵਰਤਿਆ ਗਿਆ ਸੀਗਾ ਆਕਸੀਜਨ ਦਾ, ਲੰਗਰ ਇੱਕ ਡਿਫਰੈਂਟ ਉਹਨੂੰ ਧਾਰਮਿਕ ਜਿਵੇਂ ਆਪਾਂ ਕਹਿੰਦੇ ਇੱਕ ਸਿੰਬਲ ਹੈਗਾ ਵਿੱਚ, ਉਹ ਕੁਆਲਿਟੀ ਦੇ ਨਾਲ ਜ਼ਿਆਦਾ ਉਸਨੂੰ ਆਪਾਂ ਮੈਚ ਕਰਦੇ ਹਾਂ ਬਜਾਏ। ਠੀਕ ਸੀਗੀ ਲੰਗਰ ਦੇ ਪਿੱਛੇ ਲਗਾ, ਹਾਂ ਮੈਡੀਕਲ ਟੀਮਸ ਦਾ ਹੋਣਾ, ਹਾਂ ਮੈਡੀਕਲ ਟੀਮਸ ਦਾ ਹੋਣਾ ਜ਼ਰੂਰੀ, ਦੈਟ ਵਾਸ ਵੈਰੀ ਵੈਰੀ ਇੰਪੋਰਟੈਂਟ। ਜਿਹੜਾ ਤੁਸੀਂ ਸਵਾਲ ਹੁਣ ਪੁੱਛਿਆ ਕਿ 3rd ਵੇਵ ਦੀ ਇਹਨਾਂ ਨੇ ਕੀ ਕੀਤਾ, ਵਿੱਚ ਵਿੱਚ ਮੇਰੇ ਕੋਲੋਂ ਕੁਛ ਇਨਫੋਰਮੇਸ਼ਨ ਹੈਗੀ ਹੈ ਵੀ ਜਿਵੇਂ ਹੁਣ ਆਪਾਂ ਮੋਹਾਲੀ ਦੇ ਵਿੱਚ ਵੀ ਨਾ ਇਹਨਾਂ ਨੇ ਇੱਕ ਦਿਨ ਸੋਸ਼ਲ ਮੀਡੀਆ 'ਤੇ ਪ੍ਰੈਸ 'ਚ ਸੀਗਾ ਵੀ ਇਹਨਾਂ ਨੇ ਜਿਵੇਂ ਗੱਡੀ ਦੇ ਡੱਬੇ ਹੁੰਦੇ ਆ ਉੱਦਾਂ ਦਾ ਹੋਸਪਿਟਲ, ਮਤਲਬ ਕੁਛ ਕੈਬਨ ਬਣਾ ਕੇ ਅਤੇ ਵਿੱਚ ਬੈੱਡ ਲਾ ਲਏ ਵਿੱਚ, ਬਟ ਆਈ ਡੋਂਟ ਥਿੰਕ ਕਿ ਉਹ ਉਹਦੇ ਨਾਲ ਤੁਸੀਂ ਮਰੀਜ਼ ਨੂੰ ਟ੍ਰੀਟ ਕਰ ਪਾਓਗੇ ਬੇਸਿਕਲੀ, ਕਿਉਂਕਿ ਮਰੀਜ਼ ਦੇਖਿਆ ਸੀਗਾ ਕਿ ਇਹਨੂੰ ਆਪਾਂ 3 ਲੈਵਲ 'ਚ ਡਿਵਾਈਡ ਕੀਤਾ ਹੋਇਆ ਸੀਗਾ ਪੈਂਡੈਮਿਕਸ ਦੇ। ਇੱਕ ਤਾਂ ਉਹ ਮਰੀਜ਼ ਸੀਗੇ ਜਿਨ੍ਹਾਂ ਨੂੰ ਬਿਮਾਰੀ ਹੈਗੀ ਸੀ, ਪੋਜ਼ਿਟਿਵ ਹੈਗੇ ਸੀਗੇ, ਲੇਕਿਨ ਸਿਮਟਮਸ ਕੋਈ ਨਹੀਂ ਸੀਗੀਆਂ ਵਿੱਚ। ਇੱਕ ਸੀਗੇ ਕਿ
ਬਿਮਾਰੀ ਵੀ ਹੈਗੀ ਸੀ, ਕੁਛ ਸਿੰਪਟਮ ਸੀਗੀਆਂ ਸਿੰਪਲ ਜਿਹੜੀਆਂ ਹੈਗੀਆਂ, ਜਿਹਦੇ 'ਚ ਆਪਾਂ ਕਹਿ ਰਹੇ ਸੀਗਾ ਵੀ ਆਕਸੀਜਨ ਦੀ ਸੁਣੀ। ਐਕਚੁਅਲੀ ਜਿਹੜਾ ਮੇਨ ਕੰਮ ਹੈ ਨਾ ਉਹ ਹੈਗਾ ਥਰਡ ਵਾਲਾ ਪਾਰਟ, ਜਿਹਦੇ 'ਚ ਤੁਹਾਨੂੰ ਮਰੀਜ਼ ਨੂੰ ਟ੍ਰੀਟ ਕਰਨਾ ਪੈਣਾ, ਮੈਡੀਸਿਨ ਦੇਣੀ ਪੈਣੀ ਹੈ ਵਿੱਚ ਜਿਹੜੀ। ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਤਾਂ ਇਹਨਾਂ ਕੋਲ ਕੁਛ ਵੀ ਨਹੀਂ ਹੈਗਾ, ਹੁਣ ਦੀ ਘੜੀ ਵੀ ਨਹੀਂ ਹੈ। ਉਸ ਤੋਂ ਇਲਾਵਾ ਜਿਹੜਾ ਹੈਗਾ ਜਿਹੜਾ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਆਈ ਸੀ ਜੀ ਨਹੀਂ ਹੈਗੇ, ਉਹਨੂੰ ਚਲਾਉਣ ਵਾਸਤੇ ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਹੁੰਦਾ ਉਹ NCC ਵਾਲਾ ਡਾਕਟਰ ਹੁੰਦਾ। ਅਤੇ ਆਹ ਕਹਿੰਦੇ ਇਹਨਾਂ ਨੇ ਪਰਸੋਂ ਐਡ ਕੱਢੀ ਸੀ ਪੰਜਾਬ ਵਾਸਤੇ 117 NCC ਚਾਹੀਦੇ ਨੇ ਜਿਹੜੇ ਹੈਗੇ। ਅਤੇ ਉਸ ਆਪਾਂ ਕਿਹੜੀ ਗੱਲ, ਇਹਨਾਂ ਕੋਲ NCC ਵਾਲਾ ਡਾਕਟਰ ਹੀ ਹੈ ਨਹੀਂ, ICU ਜੇ ਬਣਾ ਵੀ ਲੈਣਗੇ ਨਾ ਇਹਨਾਂ ਕੋਲ ਚਲਾਉਣ ਵਾਲਾ ਹੈ ਨਹੀਂ। ਕਿਉਂਕਿ ਤੁਸੀਂ ਦੇਖੋ ਤਕਰੀਬਨ ਪਿਛਲੇ 40 ਸਾਲਾਂ ਤੋਂ ਮੈਂ ਜਾਣਦਾ ਇਹਨਾਂ ਨੇ ਇਹ ਜਿਹੜਾ ਸਪੈਸ਼ਲਾਈਜੇਸ਼ਨਸ ਵਾਲੀਆਂ ਪਲੱਸ ਕੈਡਰ ਨੂੰ ਜਿਹੜਾ ਹੈਗਾ ਉਹ ਰੀਸ਼ਡਿਊਲ ਕਰਨਾ, 40 ਸਾਲ ਪਹਿਲਾਂ ਜਿੰਨੀ ਆਬਾਦੀ ਸੀਗੀ ਉਸ ਤੋਂ ਤਾਂ ਡਬਲ ਹੋ ਚੁੱਕੀ ਹੁਣ, ਅਤੇ ਡਾਕਟਰ ਰੇਸ਼ੋ ਤਾਂ ਉੱਥੇ ਖੜੀ ਹੈ, ਕੈਡਰ ਤਾਂ ਇਹਨੇ ਰਿਵਿਊ ਨਹੀਂ ਕੀਤਾ ਕਦੀ ਵੀ। ਔਰ ਇਹ ਜਿਹੜੀਆਂ ਖਾਸ ਕਰਕੇ ਜਿਹੜੀਆਂ ਸਪੈਸ਼ਲਾਈਜੇਸ਼ਨ ਜਿਹੜੀਆਂ ਬਹੁਤ ਇੰਪੋਰਟੈਂਟ ਸੀਗੀਆਂ, ਜਿਵੇਂ NCC 'ਚ ਬਹੁਤ ਇੰਪੋਰਟੈਂਟ ਸੀਗੀ, ਬੱਚਿਆਂ ਵਾਲਾ ਡਾਕਟਰ ਬਹੁਤ ਇੰਪੋਰਟੈਂਟ ਸੀਗਾ, ਇਹ ਤਾਂ ਇਹਨਾਂ ਨੇ ਕਦੀ ਉਸ ਦੇ ਉਹ ਹੀ 2 ਜਾਂ 3 ਇੱਕ ਸੁਪਰ ਸਪੈਸ਼ਲਿਟੀ ਵਾਲੇ ਡਾਕਟਰਸ ਨੇ, ਉਹ ਤਾਂ ਜਮੇ ਨਹੀਂ ਨਾ ਹੈ, ਉਹਦੀ ਤਾਂ ਗੱਲ ਹੀ ਛੱਡ ਦਿਉ ਤੁਸੀਂ, ਉਹ ਤਾਂ ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ ਇਹਨਾਂ ਕੋਲ, ਜਿਹੜੇ ਸਪੈਸ਼ਲਿਟੀ ਵਾਲੇ ਡਾਕਟਰਸ ਲਈ ਹੈਗੇ ਹੈ। ਸੁਪਰ ਸਪੈਸ਼ਲਿਟੀ ਜਿਹੜੇ ਜੋ ਵੀ ਹੈਗਾ ਸੀਗਾ ਉਹ ਮੈਡੀਕਲ ਕਾਲਜ ਦੇ ਵਿੱਚ ਹੈਗਾ ਸੀ। ਔਰ ਆਪਾਂ ਸੁਪਰ ਸਪੈਸ਼ਲਿਟੀ ਦੀ ਗੱਲ ਕੀਤੀ ਹੈ, 2012-13 ਦੇ ਵਿੱਚ ਨਾ ਇਹ CT ਸਕੈਨ ਇੱਥੇ ਰਜਿੰਦਰਾ ਹੋਸਪਿਟਲ ਲਗਾ ਕੇ ਅਤੇ ਮਨਾਉਂਦੇ ਵੀ ਸੀ ਵੀ ਅਸੀਂ CT ਸਕੈਨ ਲਗਾ ਲਿਆ, ਅਤੇ ਲੋਕਾਂ ਨੇ ਤੁਸੀਂ ਦੇਖੋ ਕਿੱਥੇ ਪਹੁੰਚੇ ਹੋਏ। 2012-13 ਮੈਡੀਕਲ ਕਾਲਜ ਦੇ ਵਿੱਚ CT ਸਕੈਨ ਲਾਉਣਾ ਵਿੱਚ ਜਿਹੜਾ ਹੈਗਾ, ਜਿਹੜੇ ਲੋਕ ਉਸ ਟਾਈਮ ਦੇ ਉੱਤੇ PG ਕਰਕੇ ਗਏ ਹੋਣਗੇ ਰੇਡੀਓਲੋਜੀ, ਤੁਸੀਂ ਆਪੇ ਹਿਸਾਬ ਲਾ ਲਓ ਵੀ ਉਸ ਤੋਂ ਪਹਿਲਾਂ ਕੀ ਕਰਦੇ ਸੀ। ਜਿਸ ਤਰ੍ਹਾਂ ਮੈਂ ਸ਼ਾਇਦ ਪਹਿਲਾਂ ਬੜੀ ਵਾਰੀ ਕਿਹਾ ਵੀ ਜਦੋਂ ਅਸੀਂ ਜੁਆਇਨ ਕੀਤਾ ਸੀਗਾ ਅਸੀਂ ਤਾਂ ਇਹ ਚੀਜ਼ਾਂ ਸੁਣੀਆਂ ਨਹੀਂ ਸੀਗੀਆਂ ਅੱਜ ਤੱਕ ਮੈਡੀਕਲ ਕਾਲਜ, ਪਰ 2012 ਮੈਂ ਤਾਂ 1980 ਦੀ ਗੱਲ ਕਰ ਰਿਹਾ, ਉਹ ਤੋਂ ਬਾਅਦ 2012 ਦੀ ਗੱਲ ਕਰ ਰਹੇ ਹਾਂ ਆਪਾਂ, ਆਪਾਂ ਦੀ ਬੈਸਟ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਨੇ। 2012 'ਚ ਅਗਰ ਤੁਸੀਂ CT ਸਕੈਨ ਮੈਡੀਕਲ ਕਾਲਜ ਚਲਾਉਂਦੇ ਹੋ ਤਾਂ ਤੁਸੀਂ ਕੀ ਕਿਵੇਂ ਕਿੱਥੇ ਤੁਸੀਂ ਪਹੁੰਚੋਗੇ ਕਿੱਥੇ, ਮਤਲਬ ਸਟੋਰੀ ਇਹ ਹੈਗੀ ਹੈ ਕਿ ਇਹ ਲੋਕ ਇਹਨਾਂ ਨੇ ਹੈਲਥ ਨੂੰ ਇੱਕ ਮਖੌਲ ਬਣਾਇਆ ਹੋਇਆ, ਠੀਕ ਹੈ, ਔਰ ਅਨਪੜ੍ਹ ਜਿਹੜਾ ਹੈਗਾ ਮਿਨਿਸਟਰ ਲਗਾ ਲੈਂਦੇ ਆ ਜਿਹਨੂੰ ਉਹਨੇ, ਜਿਹੜਾ ਬੰਦਾ ਜਿਸ ਸਿਚੁਏਸ਼ਨ 'ਚ ਗਿਆ ਹੀ ਨਹੀਂ ਕਦੀ ਵੀ, ਉਸ ਦੇ ਬਾਰੇ ਕਿਵੇਂ ਸੋਚ ਪਾਏਗਾ ਵੀ ਮੈਂ ਕੀ ਕਰਨਾ ਐਕਸਟਰਾ ਕੀ ਕਰਨਾ ਵਿੱਚ ਜਿਹੜੀ ਹੈਗੀ। ਪੋਲੀਟੀਕਲ ਪੋਸਟ ਹੈ ਉਹ ਨਹੀਂ, ਉਹ ਤਾਂ ਸਿਰਫ ਵੋਟਾਂ ਦੇ ਪੁਆਇੰਟ ਆਫ ਵਿਊ ਤੋਂ ਹੀ ਸੋਚ ਸਕਦੇ ਆ, ਪਰ ਪਾਵਰਸ ਸਾਰੀਆਂ ਜਿਹੜੀਆਂ ਹੈਗੀਆਂ ਨੇ ਤੁਸੀਂ ਦੇਖੋ ਸਾਰੀਆਂ, ਈਵਨ ਜੇ ਕਿਸੇ ਕਲਾਸ 4 ਨੂੰ ਵੀ ਬਦਲੀ ਕਰਨਾ ਹੋਵੇ ਤਾਂ ਮਿਨਿਸਟਰ ਕੋਲ ਫਾਈਲ ਜਾਂਦੀ ਹੈ, ਉਹ ਅਪਰੂਵ ਕਰਕੇ ਭੇਜਦੇ ਆ। ਜੇ ਮਿਨਿਸਟਰ ਨੂੰ ਇਸ ਗੱਲ ਦਾ ਪਤਾ ਕਿ ਜਿਹੜਾ ਹੈਗਾ ਮੈਂ ਕਿਸੇ ਬੰਦੇ ਦੀ ਬਦਲੀ ਕਿਵੇਂ ਕਰਨੀ ਹੈ, ਜਿਵੇਂ ਹੁਣ ਸਾਡਾ ਮਿਨਿਸਟਰ ਤਾਂ ਕਹਿੰਦਾ ਹੁੰਦਾ, ਪਤਾ ਤੁਸੀਂ ਪਤਾ ਕੀ ਕਹਿੰਦਾ ਕਿ ਵੈਸੇ ਤਾਂ ਮੈਂ ਇਹਨਾਂ ਨੂੰ ਬਦਲੀ ਮੰਤਰੀ ਕਹਿੰਦਾ ਹੋਣਾ ਕਿਤੇ, ਜਦੋਂ ਬਹੁਤਾ ਜ਼ਿਆਦਾ ਇਹਨਾਂ ਨੇ ਵਿਗਾੜ ਕਰਨਾ ਸ਼ੁਰੂ ਕਰਤਾ ਸੀਗਾ ਉਦੋਂ ਫਿਰ ਮੈਂ ਇਹਨਾਂ ਨੂੰ ਸਿਹਤ ਵਿਗਾੜ ਮੰਤਰੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ। ਔਰ ਇਹ ਕਹਿੰਦੇ, ਇਹ ਹਮੇਸ਼ਾ ਹੀ ਵਰਡ ਯੂਜ਼ ਕਰਦੇ ਆ, ਜੇ ਤੂੰ ਨਾ ਸੁਧਰਿਆ ਤਾਂ ਤੈਨੂੰ ਫਾਜ਼ਿਲਕਾ ਲਾ ਦਾਂਗੇ। ਮੰਤਰੀ ਕੋਲੋਂ ਪੁੱਛੋ ਵੀ ਫਾਜ਼ਿਲਕਾ ਬੰਦੇ ਨਹੀਂ ਰਹਿੰਦੇ, ਨਾਲੇ ਦੂਸਰੀ ਗੱਲ ਇਹ ਹੈਗੀ ਹੈ ਕਿ ਨਵਾਂ ਡਿਸਟ੍ਰਿਕਟ ਬਣਿਆ ਜਿੱਥੋਂ ਆਪਾਂ ਮੰਨ ਕੇ ਚੱਲਦੇ ਹਾਂ ਵੀ ਤੁਹਾਡੇ ਕੋਲ ਐਡਮਿਨਿਸਟ੍ਰੇਸ਼ਨ ਪਹਿਲਾਂ ਹੀ ਔਖੀ ਆ, ਉੱਥੇ ਤੁਸੀਂ ਉੱਥੇ ਫਿਰ ਉਹਨਾਂ ਬੰਦਿਆਂ ਨੂੰ ਲਗਾਓ ਕਿ ਜਿਹੜੇ ਬੰਦੇ ਕੰਮ ਕਰਨ ਨੂੰ ਨਹੀਂ ਤਿਆਰ, ਅਤੇ ਇਹਦਾ ਮਤਲਬ ਆਪਾਂ ਇੰਪਰੂਵਮੈਂਟ ਕਿੱਥੇ ਕਰ ਸਕਦੇ ਹਾਂ, ਆਪਾਂ ਕਿਸ ਦੀ ਬੈਸਟ ਬਣਾਂਗੇ, ਹਾਂ ਕਿੱਥੋਂ ਦੀ ਬੈਸਟ ਬਣਾਂਗੇ। ਔਰ ਸੈਕਿੰਡ ਪਾਰਟ ਹੈਗਾ ਕਿ ਇਹ ਜਿਹੜਾ ਵਿਜ਼ਨ ਜਿਹੜੀ ਹੈਗੀ ਹੈ ਮੰਤਰੀ ਦੀ, ਵਿਜ਼ਨ ਕੀ ਹੈ, ਆਹ ਵੀ ਤਾਂ ਇੱਕ ਸਟੋਰੀ ਹੈ ਨਾ ਵਿੱਚ, ਕਿ ਉਹ ਲੋਕਾਂ ਨੂੰ ਕਿਸ ਢੰਗ ਦੇ ਨਾਲ ਲੈਂਦੇ ਆ ਵਿੱਚ ਜਿਹੜੀ ਹੈਗੀ ਹੈ। ਸਰ ਮੰਤਰੀ ਦੀ ਵਿਜ਼ਨ ਤੇ ਫਿਰ ਗੱਲ ਉਹੀ ਆ ਜਾਏਗੀ ਕਿ ਅਗਰ ਉਹਨਾਂ ਕੋਲ ਮੈਡੀਕਲ ਨੌਲੇਜ ਹੋਏਗੀ ਪ੍ਰੋਪਰ ਕੀ ਹੋਣਾ ਚਾਹੀਦਾ ਆ, ਉਹਦੇ ਲਈ ਤਾਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਪੋਲੀਟੀਕਲ ਪੋਸਟ 'ਚ ਜੋ ਮਿਨਿਸਟਰ ਹੈ ਹੈਲਥ ਮਿਨਿਸਟਰ, ਉੱਥੇ ਵੀ ਕੋਈ ਮੈਡੀਕਲ ਨਾਲ ਐਸੋਸੀਏਟਡ ਇਨਸਾਨ ਕੋਈ ਵੀ ਹੋਣਾ ਚਾਹੀਦਾ। ਦੇਖੋ ਉਹਦੇ 'ਚ ਨਾ ਇਹ ਵੀ ਗੱਲ ਤੁਹਾਡੀ ਠੀਕ ਹੈ, ਪਰ ਮੈਂ ਕਹਾਂਗਾ ਕਿ ਜੋ ਆਪਣਾ ਅੱਜ ਦੀ ਡੇਟ 'ਚ ਪੋਲੀਟੀਕਲ ਸਿਸਟਮ ਬਣਿਆ ਹੋਇਆ ਉਹਦੇ 'ਚ ਸ਼ਾਇਦ ਇਹ ਤਾਂ ਨਹੀਂ ਪੋਸੀਬਲ ਹੈਗਾ ਕਿ ਮੈਡੀਕਲ ਵਾਲਾ ਤੁਸੀਂ ਮਿਨਿਸਟਰ ਬਣਾ ਲਓ ਉੱਥੇ, ਉਹ ਤਾਂ ਕਦੀ ਕਦਾਈ ਤੁਹਾਡੇ, ਜਿਵੇਂ ਸਾਡੇ ਇੱਕ ਮਿਨਿਸਟਰ ਰਹੇ ਹੈ ਡਾਕਟਰ ਬਲਦੇਵ ਰਾਜ ਚਾਵਲਾ ਨਾ, ENT ਸਪੈਸ਼ਲਿਸਟ ਨੇ, ਉਹ ਰਹੇ ਆਪਣੇ ਮਿਨਿਸਟਰ ਵਿੱਚ ਥੋੜ੍ਹੀ ਦੇਰ ਵਾਸਤੇ, ਪਰ ਪਰਫੋਰਮੈਂਸ ਉਦੋਂ ਵੀ ਬੜੀ, ਡਾਕਟਰਸ ਨੂੰ ਮੰਨਿਆ ਜਾਂਦਾ ਵੀ ਡਾਕਟਰ ਤਾਂ ਵੈਸੇ ਢਿੱਲੇ ਜਿਹੇ ਐਡਮਿਨਿਸਟ੍ਰੇਟਰ, ਡਾਕਟਰ ਕੋਈ ਬਹੁਤ ਹੀ ਸਮਾਰਟ ਹੈ ਐਡਮਿਨਿਸਟ੍ਰੇਟਰ ਨਹੀਂ ਹੋਏ, ਬਸ ਢਿੱਲੇ ਹੁੰਦੇ, ਜਿਵੇਂ ਆਪਾਂ ਪਹਿਲੇ ਹੁਣੇ ਗੱਲ ਕਰਕੇ ਹਟੇ ਹਾਂ ਸੈਂਟਰ ਦੀ ਗੱਲ ਕਰਕੇ ਹਟੇ ਹਾਂ। ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਅਫਸਰ ਨੇ ਨਾ ਵਿੱਚ ਜਿਹੜੇ ਹੈਗੇ ਬੇਸਿਕਲੀ, ਉਹ ਵੀ ਹੁੰਦੀ ਘੜੀ ਅਪ ਟੂ ਮਾਰਕ ਨਹੀਂ ਆ ਰਹੇ, ਪਲੱਸ ਉਹਦਾ ਜਿਹੜਾ ਸੈਕਿੰਡ ਪਾਰਟ ਆ ਰਿਹਾ ਕਿ ਸਾਰੀਆਂ ਪਾਵਰਸ ਨੇ ਮਿਨਿਸਟਰ ਆਪਣੇ ਕੋਲ ਰੱਖੀ ਬੈਠਾ, ਹੁਣ ਫਿਰ ਥੱਲੇ ਜਿਵੇਂ ਹੁਣ ਆਪਣਾ ਡਾਇਰੈਕਟਰ ਜਿਹੜਾ ਹੈਲਥ ਹੈ ਉਹ ਬੇਸਿਕਲੀ ਤਾਂ ਡੰਮੀ ਡਾਇਰੈਕਟਰ ਹੈ, ਕੁਛ ਵੀ ਨਹੀਂ ਹੈ ਉਹਦੇ ਕੋਲ,
ਬਦਲੀ ਤੁਸੀਂ ਨਹੀਂ ਕਰ ਸਕਦੇ, ਪਾਵਰਸ ਜਿਹੜੀਆਂ ਹੈਗੀਆਂ ਨੇ ਕੋਈ ਪਲੈਨਿੰਗ ਕਰਨੀ ਹੈ ਤਾਂ ਉਹ ਸਾਰੀਆਂ ਸੈਕਟਰੀ ਹੈਲਥ ਲਈ ਬੈਠਾ, ਅਤੇ ਸੈਕਟਰੀ ਹੈਲਥ ਫਿਰ ਨੋਨ ਟੈਕਨੀਕਲ ਬੰਦਾ। ਜਿਸ ਤਰ੍ਹਾਂ ਡਾਇਰੈਕਟਰ ਜਿਹੜਾ ਉਹ ਟੈਕਨੀਕਲ ਆ, ਉਹਨੂੰ ਪਤਾ ਹੈ ਥੱਲੇ ਕੀ ਹੋ ਰਿਹਾ ਵਿੱਚ, ਕਿਉਂਕਿ ਡਾਇਰੈਕਟਰ ਜਿਹੜਾ ਵੀ ਬਣੇਗਾ ਨਾ ਉਹਦੀ ਕੋਈ ਸਪੈਸ਼ਲ ਕੁਆਲੀਫਿਕੇਸ਼ਨ ਨਹੀਂ ਹੈ, ਇਹ ਜਿਹੜੇ ਸਾਰੇ ਸਨੋਟੀ ਵਾਈਜ਼ ਹੀ ਬਣਨਾ। ਜਿਸ ਤਰ੍ਹਾਂ ਤੁਸੀਂ ਸਰਵਿਸ ਜੁਆਇਨ ਕੀਤੀ ਨਾ, ਉਸੇ ਢੰਗ ਨਾਲ ਹੀ ਤੁਹਾਡਾ ਜਿਹੜਾ ਹੈਗਾ ਸੀਨੀਅਰ ਮੋਸਟ ਹੋਏਗਾ, ਉਹ ਸੀਨੀਅਰ ਮੋਸਟ ਤੁਹਾਡਾ ਡਾਇਰੈਕਟਰ ਬਣ ਜਾਏਗਾ। ਲੇਕਿਨ ਪ੍ਰੋਬਲਮ ਇਹ ਕਿ ਡਾਇਰੈਕਟਰ ਨੂੰ ਕੋਈ ਨਹੀਂ ਪੁੱਛ ਰਿਹਾ, ਕਿਉਂਕਿ ਉਹ ਸੈਕਟਰੀ ਸਾਰੀਆਂ ਪਾਵਰਾਂ ਲਈ ਬੈਠਾ, ਬਹੁਤੀਆਂ ਸਾਰੀਆਂ ਪਾਵਰਾਂ ਤਾਂ ਮਿਨਿਸਟਰ ਲਈ ਬੈਠਾ, ਜੇ ਕੋਈ ਮਾੜੀ ਮੋਟੀ ਥੱਲੇ ਬੱਚੀ ਵਾਲੀ ਉਹ ਸੈਕਟਰੀ ਲਈ ਬੈਠਾ, ਅਤੇ ਫਿਰ ਟੈਕਨੀਕਲ ਬੰਦਾ ਤਾਂ ਵਿੱਚ ਲਾਈਨ 'ਚ ਨਹੀਂ ਹੈਗਾ ਕੁਛ। ਪਰ ਮੈਂ ਤੁਹਾਨੂੰ ਦੱਸਿਆ ਕਿ ਮੈਂ ਜਿਸ ਤਰ੍ਹਾਂ ਜਿਵੇਂ ਐਜ਼ ਏ ਮੈਡੀਕਲ ਅਫਸਰ ਮੈਨੇ ਜੋਬ ਕੀਤੀ, ਫਿਰ ਐਜ਼ ਏ SMO ਕੀਤੀ, ਫਿਰ ਐਜ਼ ਏ ਸਿਵਲ ਸਰਜਨ ਕੀਤੀ, ਜਿਵੇਂ ਜਿਵੇਂ ਅਹੁਦਾ ਵੱਧਦਾ ਗਿਆ ਤਿਵੇਂ ਤਿਵੇਂ ਪੋਲੀਟੀਕਲ ਇਨਵੋਲਵਮੈਂਟ ਵੱਧ ਗਈ ਲੋਕਾਂ ਦੀ, ਕੰਮ ਨਹੀਂ ਕਰਨ ਦਿੰਦਾ ਕੁਛ ਵੀ। ਉਹ ਕਹਿੰਦਾ ਜੀ ਡਾਕਟਰ ਸਾਹਿਬ ਜੀ PA ਨੂੰ ਬਹੁਤੀ ਸਾਰੀ ਭਾਵਨਾ PA ਨੂੰ ਦਿੱਤੀਆਂ ਹੁੰਦੀਆਂ ਨੇ, ਸਿੱਧਾ ਫੋਨ ਕਰਦਾ ਮੈਂ ਜੀ ਮੰਤਰੀ ਦਾ PA ਉਹੀ ਮਿਨਿਸਟਰ ਬਣਿਆ ਹੁੰਦਾ ਬਹੁਤੀ ਵਾਰੀ। ਡਾਕਟਰ ਸਾਹਿਬ ਇਹ ਤਾਂ ਸਾਡਾ ਤਾਂ ਫਿਰ ਕੰਮ ਇੱਦਾਂ ਇਹ ਵਰਡ ਹੁੰਦੇ ਨਾ, ਸਾਡਾ ਕੰਮ ਤਾਂ ਇਸ ਤਰ੍ਹਾਂ ਹੀ ਡਾਕਟਰ ਕੋ ਕਿਸ ਚੀਜ਼ ਲਈ ਸਿਫਾਰਿਸ਼ ਲੱਗਦੀ? ਮੈਂ ਕਹਿੰਦਾ ਇੱਥੇ ਤੱਕ ਹੈਗਾ ਕਿ ਜੇ ਕਿਸੇ ਨੇ ਮਰੀਜ਼ ਵੀ ਵਿਖਾਉਣਾ ਹੋਵੇ ਉਹ ਵੀ ਮੰਤਰੀ ਕੋਲ ਚਲਾ ਜਾਂਦਾ, ਔਰ ਜਿੰਨੀਆਂ ਵੀ ਥੱਲੇ ਕੰਮ ਕਰਨਾ ਹੁੰਦਾ ਮੇਰੇ ਵਾਲੇ ਦਾ ਕੰਮ ਪਹਿਲਾਂ ਕਰੋ ਜੀ। ਉਹੀ ਹੈ ਕਿ ਪੋਲੀਟਿਕਸ ਬਸ, ਐਡਮਿਨਿਸਟ੍ਰੇਸ਼ਨ ਤਾਂ ਕਿਸੇ ਨੂੰ ਕਰਨੀ ਨਹੀਂ ਦੇਣੀ। ਮਿਨਿਸਟਰ ਦਾ ਕੀ ਕੰਮ ਹੈਗਾ ਬਦਲੀ ਵਾਲੇ ਖਾਤੇ ਦੇ ਵਿੱਚ? ਔਰ ਸਾਡੇ ਜਿਹੜੇ ਹੈਲਥ ਮਿਨਿਸਟਰ ਨੇ ਹੁਣ ਸਰਦਾਰ ਬਲਵੀਰ ਸਿੰਘ ਸਿੱਧੂ, ਜਿਸ ਦਿਨ ਇਹਨਾਂ ਨੇ ਜੁਆਇਨ ਕੀਤਾ ਸੀਗਾ, ਪਹਿਲੇ ਦਿਨ ਆਰਡਰ ਕੀਤੇ ਕਿ ਕਿਸੇ ਵੀ ਮੁਲਾਜ਼ਮ ਦੀ ਬਦਲੀ ਮੇਰੇ ਪੁੱਛਣ ਤੋਂ ਬਗੈਰ ਨਹੀਂ ਹੋਊਗੀ। ਆਹ ਤਾਂ ਹਾਲਾਤ ਨੇ, ਤੁਸੀਂ ਦੇਖੋ ਆਪਾਂ ਕਿਵੇਂ ਐਡਮਿਨਿਸਟ੍ਰੇਸ਼ਨ, ਆਪਾਂ ਕਿਵੇਂ ਗੱਲ ਕਰ ਸਕਦੇ ਹਾਂ ਵੀ ਐਡਮਿਨਿਸਟ੍ਰੇਸ਼ਨ ਚੱਲੇਗੀ? ਇਹਦਾ ਮਤਲਬ ਐਡਮਿਨਿਸਟ੍ਰੇਸ਼ਨ ਚੱਲੇਗੀ ਹੀ ਨਹੀਂ। ਜੋ ਇਹਨਾਂ ਨੂੰ ਸੁਪਨੇ ਆਉਂਦੇ ਆ ਉਹ ਇਹ ਕੰਮ ਕਰਦੇ ਆ, ਜਿੱਥੋਂ ਇਹਨਾਂ ਨੂੰ ਪੈਸਾ ਵੈਸਾ ਇਕੱਠਾ ਹੋਣਾ ਹੁੰਦਾ ਉਹਦੇ ਕੰਮ ਕਰਦੇ ਆ, ਜਾਂ ਫਿਰ ਜਿੱਥੇ ਵੋਟ ਕੈਚ ਕਰਨੀ ਹੁੰਦੀ ਆ ਉਸ ਹਿਸਾਬ ਨਾਲ ਇਹ ਕੰਮ ਕਰਦੇ ਆ। ਇਹ ਕਦੀ ਤੁਹਾਨੂੰ ਮੈਂ ਹੁਣੇ ਹੁਣੇ ਦੱਸ ਕੇ ਹਟਿਆ ਵੀ ਦੋ ਜਿਹੜੇ ਹੈਗੇ ਆ 60-60 ਕਮਰਿਆਂ ਵਾਲੇ ਹੋਸਪਿਟਲ 5.5 ਕਰੋੜ ਰੁਪਏ ਵਾਲੇ 2 ਕਿਲੋਮੀਟਰ 'ਤੇ ਬਣਾਉਣ ਦਾ ਕੀ ਅਸਰ ਕੱਢਦੇ ਹਾਂ ਆਪਾਂ, ਉਹਦਾ ਮਤਲਬ ਕੀ ਕੱਢਦੇ ਹਾਂ ਆਪਾਂ? ਔਰ ਤੁਹਾਨੂੰ ਦੱਸਿਆ ਕਿ 1994 'ਚ ਬਣਿਆ ਹੋਇਆ 25 ਬਿਸਤਰਿਆਂ ਦਾ ਹਸਪਤਾਲ, ਉਸਨੂੰ ਅੱਜ ਤੱਕ ਰੈਕੋਗਨਾਈਜ਼ ਨਹੀਂ ਕੀਤਾ। ਉਹ ਤਾਂ ਫਿਰ ਮੇਰੀ ਹਿੰਮਤ ਸੀਗੀ ਕਿ ਮੈਂ ਦੂਸਰੇ ਹੋਸਪਿਟਲ ਵਿੱਚ ਸ਼ਿਫਟ ਕਰਕੇ ਜਿਹੜਾ ਨਵਾਂ ਬਣਿਆ, ਜਿਹੜਾ ਪੁਰਾਣੇ ਵਾਲਾ ਸੀਗਾ ਉਹਦੇ 'ਚ ESI ਹੋਸਪਿਟਲ ਫਿੱਟ ਕਰ ਦਿੱਤਾ। ਤੁਹਾਨੂੰ ਇੰਨਾ ਵਧੀਆ ਕੰਮ ਕਰਨ ਦੀ ਫਿਰ ਸਰਕਾਰ ਵੱਲੋਂ ਸਜ਼ਾ ਕੀ ਮਿਲੀ ਹੈ? ਸਜ਼ਾ ਤਾਂ ਮੈਂ ਤੁਹਾਨੂੰ ਦੱਸਿਆ 25 ਜਿਹੜਾ ਹੈਗਾ ਉਹ ਬਦਲੀਆਂ ਹੋਈਆਂ ਮੇਰੀਆਂ ਵਿੱਚ ਜਿਹੜੀ ਹੈਗੀ, ਇਹੀ ਸਜ਼ਾ ਸੀਗੀ। ਸਰਕਾਰ ਖੁਸ਼ ਰਹਿੰਦੀ ਸੀ, ਮੈਂ ਵੀ ਖੁਸ਼ ਰਹਿੰਦਾ ਸੀਗਾ, ਕਿਉਂਕਿ ਮੈਂ ਇਹ ਮੈਨੂੰ ਬਦਲਣਾ ਚਾਹੁੰਦੇ ਸੀਗੇ ਕਿ ਮੈਂ ਇਹਨਾਂ ਦੀ ਟਿਊਨਿੰਗ 'ਚ ਆ ਜਾਵਾਂ, ਹੈ ਨਾ। ਪਰ ਮੈਂ ਬਦਲੀ ਕਰਕੇ ਬਦਲਿਆ ਨਹੀਂ, ਔਰ ਮੈਂ ਜਿੱਥੇ ਜਿੱਥੇ ਗਿਆ, ਸਗੋਂ ਮੈਨੇ ਤੁਹਾਨੂੰ ਦੱਸਿਆ ਕਿ ਫਿਰੋਜ਼ਪੁਰ ਜਾ ਕੇ ਬਾਰਡਰ ਬਿਲਕੁਲ 0 ਲਾਈਨ ਦੇ ਉੱਤੇ ਇੰਨਾ ਵਧੀਆ ਹਸਪਤਾਲ ਬਣਾਇਆ ਸੀ। ਮੇਰੇ ਕੋਲ ਫੋਟੋ ਪਈਆਂ ਵਿੱਚ ਬੜੀ ਸੋਹਣੀਆਂ ਵਿੱਚ ਜਿਹੜੀਆਂ ਹੈਗੀਆਂ ਨੇ, 10 ਮਹੀਨੇ ਮੈਂ ਉੱਥੇ ਰਿਹਾ, 10 ਮਹੀਨਿਆਂ 'ਚ ਉਸਨੂੰ ਸਾਰਾ ਕੁਛ ਚੇਂਜ ਕਰ ਦਿੱਤਾ ਸੀ, ਵਧੀਆ ਹਸਪਤਾਲ ਜਿਹੜਾ ਹੈਗਾ ਉਹ ਚੱਲਦਾ ਕਰਦਾ ਸੀ। ਸੋ ਮੈਂ ਤਾਂ ਬਦਲੀ ਦਾ ਸਗੋਂ ਲੋਕ ਇਹ ਚੀਜ਼ 'ਤੇ ਮੈਨੇ ਫਾਇਦਾ ਉਠਾਇਆ। ਮੈਂ ਅਦਰਵਾਈਜ਼ ਵੀ ਵੈਸੇ ਵੀ ਨਾ ਲੋਕ ਆਪਣੇ ਇੰਪਲਾਈਜ਼ ਨੂੰ ਵੀ ਇਹੀ ਗੱਲ ਕਹਿੰਦਾ ਹੁੰਦਾ ਕਿ ਜਿਹੜੇ ਮੁਲਾਜ਼ਮ ਨੇ ਨਾ ਉਹਨਾਂ ਨੂੰ ਬਦਲੀ ਤੋਂ ਨਹੀਂ ਡਰਨਾ ਚਾਹੀਦਾ। ਔਰ ਦੋ ਗੱਲਾਂ ਮੈਨੇ ਕਹਿਣਾ, ਮੇਰੇ ਕੋਲ ਇੱਕ ਟਾਈਟਲ ਲਿਖਿਆ ਹੁੰਦਾ ਜਰਾ ਸੋਚੋ, ਉਸ ਟਾਈਟਲ ਦੇ ਵਿੱਚ ਮੈਨੇ ਰੋਜ਼ ਹੀ ਲਿਖਣਾ ਹੁੰਦਾ ਕੁਛ। ਇੱਕ ਦਿਨ ਮੈਨੇ ਲਿਖ ਰਿਹਾ ਸੀਗਾ ਕਿ 2 ਬੰਦੇ, ਇੱਕ ਸਰਕਾਰੀ ਮੁਲਾਜ਼ਮ ਬਦਲੀ ਤੋਂ ਡਰਨਾ ਹਟ ਜਾਣ, ਅਤੇ ਜਿਹੜੇ ਮਿਨਿਸਟਰ ਜਾਂ ਮੰਤਰੀ ਜਾਂ ਨੇਤਾ ਕੋਈ ਵੀ MLA ਹੋਵੇ ਜਾਂ ਮੰਤਰੀ ਹੋਵੇ, ਉਹ ਅਗਲੀ ਇਲੈਕਸ਼ਨ ਹਾਰ ਜਾਣਗੇ, ਇਸ ਕਰਕੇ ਝੂਠ ਬੋਲੀ ਜਾਂਦੇ ਨੇ, ਉਸ ਤੋਂ ਡਰਨਾ ਹਟ ਜਾਣ, ਅਤੇ ਅੱਧੇ ਤੋਂ ਜ਼ਿਆਦਾ ਸੁਧਾਰ ਤਾਂ ਇੱਕੋ ਦਿਨ 'ਚ ਹੀ ਹੋ ਜਾਣਾ। ਸੋ ਕੋਈ ਗੱਲ ਨਹੀਂ, ਮੈਂ ਸਾਰੇ ਇੰਪਲਾਈਜ਼ ਨੂੰ ਕਹੂੰਗਾ ਵੀ ਇਹਨਾਂ ਕੋਲੋਂ ਡਰਨਾ ਹਟ ਜਾਓ, ਜੇ ਮੈਂ ਡਰਨੋਂ ਹਟਿਆ ਤਾਂ ਹੀ ਮੈਂ ਕੁਛ ਕਹਿ ਪਾਇਆ ਨਾ, ਅਦਰਵਾਈਜ਼ ਨਹੀਂ ਤਾਂ ਫਿਰ ਮੈਂ ਇਹਨਾਂ ਦੀਆਂ ਗੱਲਾਂ ਸੁਣੀ ਜਾਂਦਾ ਪਰ ਵਿੱਚ। ਡਾਕਟਰ ਸਾਹਿਬ, ਪ੍ਰਾਈਵੇਟਾਈਜੇਸ਼ਨ ਬਹੁਤ ਹੈ, ਹਰ ਇੱਕ ਪ੍ਰਾਈਵੇਟ ਹੋਸਪਿਟਲ ਦਾ ਜੋ ਫਲੋਰਿਸ਼ ਕਰ ਰਹੇ ਆ, ਔਰ ਉਹਨਾਂ ਦਾ 7-star ਟ੍ਰੀਟਮੈਂਟ ਵੀ ਹੈਗਾ ਪੰਜਾਬ 'ਚ ਅਵੇਲੇਬਲ, ਨਾਲ ਦੀ ਨਾਲ ਜੋ ਸਰਕਾਰੀ ਹਸਪਤਾਲਾਂ ਦਾ ਸਟਾਫ ਹੈ ਉਹ ਵੀ ਕੰਟਰੈਕਟ ਸਿਸਟਮ ਠੇਕੇ 'ਤੇ ਭਰਤੀ ਕੀਤੇ ਹੋਏ। ਇਕੱਲੇ ਠੇਕੇ 'ਤੇ ਨਹੀਂ ਹੈ, ਆਪਣੇ ਕੋਲ ਨਾ 2 ਪਾਰਟ 'ਚ ਹੈਲਥ ਡਿਪਾਰਟਮੈਂਟ ਡਿਵਾਈਡਡ ਹੈ, ਗੌਰਮੈਂਟ ਹੋਸਪਿਟਲ ਜਿਹੜੇ ਜਾਂ ਗੌਰਮੈਂਟ ਸਰਵਿਸ ਕਹਿ ਲਓ ਜਾਂ ਹੈਲਥ ਸਰਵਿਸਿਸ ਕਹਿ ਲਓ, ਇੱਕ ਹੁੰਦੀਆਂ ਨੇ ਪ੍ਰੀਵੈਂਟਿਵ ਅਤੇ ਪ੍ਰਮੋਟਿਵ, ਦੂਸਰਾ ਹੁੰਦੀਆਂ ਨੇ ਕਿਊਰੇਟਿਵ ਪਾਰਟ। ਜਿਸ ਤੱਕ ਤਾਂ ਪ੍ਰੀਵੈਂਟਿਵ ਪ੍ਰਮੋਟਿਵ ਦੀ ਗੱਲ ਹੈ, ਉਹਦੇ ਉਸ ਪਾਰਟ 'ਤੇ ਤਾਂ ਮੈਂ ਕਹੂੰਗਾ ਵੀ ਆਪਣੇ ਕੋਲ ਇਨਫਰਾਸਟ੍ਰਕਚਰ ਹੈਗੀ ਆ ਕੰਪੈਟਲੀ, ਪਰ ਉਹਦੀ ਪ੍ਰੋਬਲਮ ਸਭ ਤੋਂ ਵੱਡੀ ਇਹ ਆਈ ਪਈ ਹੈ ਕਿ ਜਿਵੇਂ ਤੁਸੀਂ ਵਰਡ ਯੂਜ਼ ਕੀਤਾ ਠੇਕੇ ਵਾਲੇ ਜਿਹੜੇ ਹੈਗੇ ਨੇ, ਮਤਲਬ ਸਟਾਫ ਨੂੰ ਇੰਨੇ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ, ਆਹ ਸਟਾਫ ਜਿਹੜਾ ਹੈਗਾ ਜੀ ਇਹ DHS ਦਾ ਸਟਾਫ ਹੈ, ਇਹ NHM ਦਾ ਸਟਾਫ ਹੈ ਜੀ, ਇਹ ਕੰਟਰੈਕਟ ਵਾਲਾ ਸਟਾਫ ਹੈ, ਇਹ ਠੇਕੇ ਵਾਲਾ ਸਟਾਫ ਹੈ, ਇਹ ਆਊਟਸੋਰਸ ਹੋਇਆ ਹੋਇਆ, ਇਹ ਡੇਲੀ ਬੇਸਿਸ, ਇੰਨੇ ਸਾਰੇ ਇਹਨਾਂ ਨੇ ਗਰੁੱਪਸ ਬਣਾਏ ਹੋਏ ਨੇ ਉਹਦੇ 'ਚ। ਫਿਰ ਮੈਂ ਕਹਿੰਦਾ ਵੀ ਗਰੁੱਪਸ ਬਣਾਉਣ 'ਚ ਮੈਨੂੰ ਕੋਈ ਮੁਸ਼ਕਲ ਨਹੀਂ ਹੈ, ਲੇਕਿਨ ਤਨਖਾਹ ਤਾਂ ਬਰਾਬਰ ਦਿਓ ਨਾ,
ਜਿਹੜਾ ਚਾਹੇ ਉਹ ਕੰਟਰੈਕਟ 'ਤੇ ਲਾਇਆ ਤੁਸੀਂ, ਚਾਹੇ ਉਹ ਆਊਟਸੋਰਸ ਦੇ ਥਰੂ ਲਾਇਆ, ਚਾਹੇ ਉਸਨੂੰ ਤੁਸੀਂ ਐਨ ਐਚ ਐਮ ਦੇ ਅੰਡਰ ਲਾਇਆ, ਚਾਹੇ ਉਸਨੂੰ ਡੀ ਐਚ ਐਸ ਦੇ ਅੰਡਰ ਲਾਇਆ, ਤਨਖਾਹ ਤਾਂ ਬਰਾਬਰ ਦੇ ਪ੍ਰੋਬਲਮ ਇੱਥੇ ਆਈ ਪਈ ਹੈ। ਇਹ ਜਿਹੜਾ ਸਾਡਾ ਪ੍ਰਵੈਂਟਿਵ ਪ੍ਰਮੋਟਿਵ ਸਟਾਫ ਹੈ ਨਾ, ਇਹ ਹੁੰਦੀ ਕੜੀ ਤੁਸੀਂ ਦੇਖਿਆ ਹੋਣਾ ਸੜਕਾਂ 'ਤੇ ਬੈਠਾ, ਆਪਣੇ ਸਾਰੀਆਂ ਜਿਹੜੀਆਂ ਧੀਆਂ ਪੈਣਾ ਹੈਗੀਆਂ ਨੇ, ਜਿਹੜੀ ਬੇਟੀ ਬਚਾਓ ਬੇਟੀ ਪੜ੍ਹਾਓ ਤਾਂ ਕਹਿੰਦੇ ਨੇ, ਤੀਸਰੇ ਦਿਨ ਤਾਂ ਇਹ ਡਾਂਗਾ ਮਾਰਨ ਲੱਗੇ ਹੋ ਜਾਂਦਾ। ਉੱਥੇ ਸਾਰਾ ਸਟਾਫ ਉਹ ਜਿਹੜਾ ਪ੍ਰਵੈਂਟਿਵ ਪ੍ਰਮੋਟਿਵ ਦਾ ਮਤਲਬ ਹੈਗਾ ਕਿ ਲੋਕ ਦੀ ਸਿਹਤ ਚੰਗੀ ਹੋਵੇ ਤਾਂ ਲੋਕਾਂ ਨੂੰ ਬਿਮਾਰੀ ਨਾ ਲੱਗੇ, ਦੋ ਪਾਰਟ ਦੇ ਵਿੱਚ ਆਉਂਦਾ। ਫਿਰ ਉਹਦੇ 'ਚ ਪ੍ਰੋਬਲਮ ਕੀ, ਇੱਕ ਹੋਰ ਪ੍ਰੋਬਲਮ ਹੈਗੀ ਹੈ ਬਹੁਤ, ਇੱਕ ਤਾਂ ਸਟਾਫ ਦੀ ਤੁਹਾਨੂੰ ਦੱਸਿਆ ਕਿ ਉਹਨੂੰ ਮਲਟੀਪਲ ਗਰੁੱਪਸ ਦੇ ਵਿੱਚ ਡਿਵਾਈਡ ਕੀਤਾ, ਡਿਵਾਈਡ ਜਿਸ ਤਰ੍ਹਾਂ ਮੈਂ ਵਰਡ ਯੂਜ਼ ਕੀਤਾ ਕਿ ਡਿਵਾਈਡ ਕਰਨ 'ਚ ਮੈਨੂੰ ਕੋਈ ਮੁਸ਼ਕਲ ਨਹੀਂ ਹੈ ਕਿਉਂਕਿ ਗੌਰਮੈਂਟ ਦੀਆਂ ਸਕੀਮਾਂ ਆਉਂਦੀਆਂ ਨੇ, ਲੇਕਿਨ ਤਨਖਾਹ ਤਾਂ ਬਰਾਬਰ ਦਿਓ ਨਾ, ਤੁਸੀਂ ਕੰਮ ਤਾਂ ਬਰਾਬਰ ਲੈ ਰਹੇ ਹੋ ਤੁਸੀਂ, ਬਲਕਿ ਜ਼ਿਆਦਾ ਲੈਂਦੇ ਹੋ। ਔਰ ਜਿਹੜਾ ਕੰਟਰੈਕਟ ਵਾਲਾ ਸਟਾਫ ਹੈ ਜਾਂ ਆਊਟਸੋਰਸ ਵਾਲਾ ਸਟਾਫ ਹੈ, ਉਹਦੇ 'ਤੇ ਤਾਂ ਸਗੋਂ ਤਲਵਾਰ ਤੜਕ ਲਮਕਦੀ ਰਹਿੰਦੀ ਹੈ ਕਿ ਉਸ ਨੂੰ ਕੱਲ੍ਹ ਨੂੰ ਵੀ ਕੱਢ ਦਿਆਂਗੇ ਤੁਸੀਂ ਪਰਸੋਂ, ਅਜੇ ਗੌਰਮੈਂਟ ਵਾਲੇ ਨੂੰ ਹਾਂ ਇਨਸਕਿਉਰਟੀ, ਜੋਬ ਇਨਸਕਿਉਰਟੀ ਹੈਗੀ ਹੈ। ਪੰਜਾਬ ਦਾ ਸੈਟਅਪ ਜਿਹੜਾ ਹੈਗਾ ਉਹ ਥੋੜ੍ਹਾ ਠੀਕ ਬਣਿਆ ਹੋਇਆ, ਕਿਉਂਕਿ ਇਹਦੇ 'ਚ ਆਪਾਂ ਮੰਨ ਕੇ ਉਹਨਾਂ ਨੂੰ ਆਪਾਂ ਕਹਿੰਦੇ ਮਲਟੀਪਰਪਸ ਹੈਲਥ ਵਰਕਰ ਮੇਲ ਐਂਡ ਫੀਮੇਲ ਜਿਹੜੇ ਹੈਗੇ, ਉਹ 5000 ਦੀ ਪਾਪੂਲੇਸ਼ਨ ਵਿੱਚ ਇੱਕ ਮਲਟੀਪਰਪਸ ਹੈਲਥ ਵਰਕਰ ਮੇਲ ਐਂਡ ਫੀਮੇਲ ਹੈਗਾ। ਔਰ ਜਿੱਥੇ 5000 ਦੀ ਜ਼ਿਆਦਾ ਹੈਗਾ ਉੱਥੇ ਦੋ ਪਾਰਟ ਵੀ ਹੈਗੇ ਨੇ ਵਿੱਚ ਐਨ ਐਚ ਐਮ, ਪਰ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ, ਤਨਖਾਹ ਜਿਹੜੀ ਹੈਗੀ ਆ ਉਹ ਦੂਸਰਿਆਂ ਦੇ ਮੁਕਾਬਲੇ 'ਚ ਚੌਥਾ ਪੰਜਵਾਂ ਗੁਣਾ ਹੈਗੀ ਆ। ਜੇ ਉਸਨੂੰ 50,000 ਮਿਲਦੀ ਤਾਂ ਉਹਨੂੰ 5,000 ਮਿਲਦੀ ਹੈ, ਜੇ ਦਸ ਹਜ਼ਾਰ ਵਾਲਾ ਤਾਂ ਮੈਨੂੰ ਲੱਗਦਾ ਕੋਈ ਹੈਗਾ ਵਿੱਚ, ਹੁਣ 10,000 ਤੋਂ ਘੱਟ ਕੰਮ ਤਾਂ ਸਗੋਂ ਜ਼ਿਆਦਾ ਹੋ ਗਿਆ ਨਾ ਕੰਮ ਤਾਂ, ਜਿਹੜਾ ਜਿਵੇਂ ਸਪੋਜ਼ ਮੈਂ ਵੀ ਇੰਚਾਰਜ ਹੈਗਾ ਤਾਂ ਮੈਂ ਮੇਰੀ ਬਹੁਤੀ ਮੇਰੀ ਕੋਸ਼ਿਸ਼ ਹੈਗੀ ਵੀ ਆਹ ਤਾਂ ਮੇਰੀ ਗੱਲ ਸੁਣਦਾ ਨਹੀਂ ਪਿਆ, ਚਲੇ ਇਹਨੂੰ ਕਹੂੰਗਾ ਵੀ ਤੇਰੀ ਏਸੀਆਰ ਖਰਾਬ ਕਰ ਦੂੰਗਾ, ਇਸ ਕਰਕੇ ਇਹਦੇ ਕੋਲ ਕੰਮ ਲੈ ਲਓ, ਕੰਮ ਜ਼ਿਆਦਾ ਅਤੇ ਪੈਸੇ ਘੱਟ, ਪੈਸੇ ਚੌਥਾ ਪੰਜਵਾਂ ਹਿੱਸਾ ਨੇ, ਘੱਟ ਨਹੀਂ ਹੈ, ਚੌਥਾ ਪੰਜਵਾਂ ਹਿੱਸਾ, ਜਿਹੜਾ ਛੇਵਾਂ ਹਿੱਸਾ ਵੀ ਹੈਗੇ ਵਿੱਚ ਜਿਹੜੇ ਹੈਗੇ। ਸੋ ਉਹ ਜਿਹੜਾ ਪ੍ਰਵੈਂਟਿਵ ਪ੍ਰਮੋਟਿਵ ਵਾਲਾ ਪਾਰਟ ਸੀ ਨਾ, ਉਹ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਤਕਰੀਬਨ ਇੰਡੀਆ 'ਚ ਕਾਫੀ ਅੱਛਾ ਬਣਿਆ ਹੋਇਆ, ਇਸੇ ਕਰਕੇ ਆਪਣੀ ਜਿਹੜੀ ਫਸਟ ਵੇਵ ਸੀ ਨਾ ਜਿਹਦੇ 'ਚ ਅਵੇਅਰਨੈਸ ਪਾਰਟ ਹੁੰਦਾ ਉਹ ਘੱਟ ਆਈ, ਕਿਉਂਕਿ ਉਦੋਂ ਲੋਕਾਂ ਤੱਕ ਮੈਸੇਜ 'ਤੇ ਪਹੁੰਚ ਗਿਆ ਕਿ ਬਿਮਾਰੀ ਹੈਗੀ ਆ। ਹਾਂ ਅਵੇਅਰਨੈਸ ਵਾਲਾ ਪਾਰਟ ਸੀਗਾ ਇਹ, ਬੇਸਿਕਲੀ ਇਹਨੂੰ ਪ੍ਰਵੈਂਟਿਵ ਪ੍ਰਮੋਟਿਵ ਪਾਰਟ ਆਪਾਂ ਕਹਿੰਦੇ ਹਾਂ ਕਿ ਅਵੇਅਰਨੈਸ ਕਰਨੀ ਹੈ, ਪਲੱਸ ਜਿਹੜੇ ਆਪਾਂ ਵੈਕਸੀਨੇਸ਼ਨ ਦੀਆਂ ਗੱਲਾਂ ਹੁਣ ਆਪਾਂ ਕਰ ਰਹੇ ਹਾਂ, ਇਮੋਨਾਈਜੇਸ਼ਨ ਦੀ ਬੱਚਿਆਂ ਨੂੰ ਲਗਾਉਂਦੇ ਹਾਂ ਆਪਾਂ, ਇੰਜੈਕਸ਼ਨ ਸਿਖਾਉਂਦੇ ਹਾਂ, ਬਿਮਾਰੀ ਦੇ ਬਾਰੇ ਜਾਗਰੂਕ ਕਰਨਾ ਹੈਗਾ ਵਿੱਚ, ਹੋਰ ਵੀ ਬਿਮਾਰੀਆਂ ਬਾਰੇ ਜਾਗਰੂਕ ਕਰਨਾ, ਉਹਨਾਂ ਬਾਰੇ ਜਿਹੜੀ ਹੈਗੀ ਹੈ ਡਾਇਟ ਦਾ, ਜਿਵੇਂ ਆਪਾਂ ਪ੍ਰੈਗਨੈਂਟ ਮਦਰਸ ਹੈਗੇ ਨੇ ਉਹਨਾਂ ਦਾ ਖਿਆਲ ਰੱਖਣਾ ਵਿੱਚ। ਸੋ ਉਹਦੇ 'ਚ ਸੈਟਅਪ ਦੇਖੋ ਤੁਸੀਂ, ਜਿਹੜੀਆਂ ਆਪਣੀਆਂ ਹੁਣ ਕੁੜੀਆਂ ਆਈਆਂ ਸੀਗੀਆਂ ਆਸ਼ਾ ਵਰਕਰ, ਜਿਹਨੂੰ ਆਪਾਂ ਕਹਿੰਦੇ ਹਾਂ ਆਸ਼ਾ ਵਰਕਰ ਨਹੀਂ ਹੁੰਦਾ ਵੈਸੇ, ਬੇਸਿਕਲੀ ਆਸ਼ਾ ਹੀ ਕਹਿੰਦੇ ਆਪਾਂ, ਉਹ 1000 ਦੀ ਪਾਪੂਲੇਸ਼ਨ ਵਿੱਚ ਇੱਕ ਆਸ਼ਾ ਹੈਗੀ ਹੈ, ਅਤੇ ਪੈਸੇ ਕਿੰਨੇ ਮਿਲਦੇ ਉਹਨੂੰ, ਦਿਹਾੜੀ ਮਿਲਦੀ ਹੈ ਕਈ ਥਾਵਾਂ 'ਤੇ, ਇੱਕ ਪੈਕਟ ਵੰਡਣ ਦਾ 1 ਰੁਪਇਆ ਦੇ ਦਿੰਦੇ ਆ, ਕਈ ਵੈਸੇ 50 ਪੈਸੇ ਵੀ ਦੇ ਦਿੰਦੇ ਆ, ਜਾਂ ਇੱਕ ਬਿਮਾਰੀ ਨੂੰ ਲੱਭਣ ਦੇ 20 ਰੁਪਏ ਦੇ ਦਿੰਦੇ ਆ। ਇਹ ਕੋਈ ਮਤਲਬ ਤੁਸੀਂ ਦੇਖੋ ਨਾ, ਜਦੋਂ ਆਪਾਂ ਉਹਨਾਂ ਨੂੰ ਕਿਸੇ ਕੰਮ 'ਤੇ ਲਾ ਹੀ ਲਿਆ ਤਾਂ ਘੱਟੋ ਘੱਟ ਉਹਨਾਂ ਨੂੰ ਮਿਨੀਮਮ ਵੇਜਿਸ ਦੇ ਅਕੋਰਡਿੰਗਲੀ ਤਾਂ ਤੁਸੀਂ ਦਿਓ ਨਾ ਵਿੱਚ, ਤਾਂ ਕਿ ਤੁਸੀਂ ਦੇਖੋ ਵੀ ਉਹਦੇ 'ਚ ਹੁਣ ਕੀ ਹੈ। ਜਦੋਂ ਇਹਨਾਂ ਨੇ ਸਕੀਮ 2016-7 ਦੇ ਵਿੱਚ ਸਟਾਰਟ ਹੋਈ ਨੈਸ਼ਨਲ ਹੈਲਥ ਮਿਸ਼ਨ ਦਾ, ਉਸ ਟਾਈਮ 'ਤੇ ਰੂਰਲ ਹੈਲਥ ਮਿਸ਼ਨ ਸੀਗਾ, ਬਾਅਦ ਅੱਜ ਕੱਲ੍ਹ ਫਿਰ ਇਹ ਨੈਸ਼ਨਲ ਹੈਲਥ ਮਿਸ਼ਨ ਆਪਾਂ ਕਹਿੰਦੇ ਹਾਂ, ਉਦੋਂ ਇਹਨਾਂ ਨੇ ਭਰਤੀ ਤਾਂ ਕਰ ਲਿਆ ਉਹਨਾਂ ਨੂੰ, ਪਹਿਲਾਂ ਤਾਂ ਬਸ ਹਫੜਾ ਦਫੜੀ ਜੀ ਜਿਹਨੂੰ ਮਰਜ਼ੀ ਕਰੀ ਜਾਓ ਵਿੱਚ, ਹੁਣ ਕਈ ਵੀ ਤਾਂ ਆਲਮੋਸਟ ਅਨਐਜੂਕੇਟਡ ਵੀ ਭਰਤੀ ਕਰ ਲਿਆ, ਹੁਣ ਉਹਨਾਂ ਦੇ ਹੱਥ ਉਹ ਟੈਬਲੇਟ ਫੜਾ ਦਿੱਤੀਆਂ ਵੀ ਤੁਸੀਂ ਇਹਦੇ 'ਤੇ ਐਂਟਰੀ ਕਰੋ ਜੀ, ਉਹ ਕਿਵੇਂ ਅਨਪੜ੍ਹ ਬੰਦਾ ਟੈਬਲੇਟ 'ਤੇ ਕੀ ਐਂਟਰੀ ਕਰੇਗਾ ਵਿੱਚ ਜਿਹੜੀ ਹੈਗੀ ਹੈ। ਔਰ ਉਸ ਤੋਂ ਉੱਪਰ ਦੀ ਹੈਗਾ ਕਿ ਉਹਨਾਂ ਨੂੰ ਜਿਹੜੇ ਹੈਗੇ ਆ ਪੈਸੇ ਇੰਨੇ ਘੱਟ ਦਿੱਤੇ ਗਏ, ਕੋਈ ਵੀ ਧੀ ਭੈਣ ਜਿਹੜੀ ਘਰੋਂ ਚੱਲੇਗੀ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਕੇ ਚੱਲੇਗੀ, ਫਿਰ ਉਹ ਕਿਰਾਇਆ ਵੀ ਖਰਚ ਕਰੇਗੀ, ਕੁਛ ਹੋਰ ਵੀ ਖਰਚ ਕਰੇਗੀ, ਅਤੇ ਰੁਪਈਆ ਉਹਨੂੰ 2,000-3,000 ਜਿਹੜਾ ਹੈਗਾ ਜੇ ਤੁਸੀਂ ਮਹੀਨੇ ਬਾਅਦ ਦਿਓਗੇ ਉਹ ਵੀ ਫਿਕਸ ਨਹੀਂ ਹੈ, ਉਹ ਦਿਹਾੜੀ ਹੈ, ਜੇ ਕੰਮ ਕੀਤਾ ਤਾਂ ਦਿਹਾੜੀ ਤੁਹਾਨੂੰ ਮਿਲ ਜੂਗੀ, ਨਹੀਂ ਤਾਂ ਨਹੀਂ ਮਿਲੂਗੀ ਵਿੱਚ ਲਈ, ਕਿਉਂਕਿ ਜਿਸ ਬੰਦੇ ਕੋਲੋਂ ਤੁਸੀਂ ਕੁਛ ਲੇਬਰ ਕਰਵਾ ਰਹੇ ਹਾਂ ਉਹਨੂੰ ਜਿੰਨੀ ਦੇਰ ਤੱਕ ਘੱਟੋ ਘੱਟ ਉਸਨੂੰ ਇਹ ਤਾਂ ਮਨ 'ਚ ਸੈਟਿਸਫੈਕਸ਼ਨ ਹੋਣੀ ਚਾਹੀਦੀ ਕਿ ਮੈਂ ਇਹਦੇ ਨਾਲ ਆਪਣੇ ਬੱਚੇ ਪਾਲ ਲਵਾਂ ਜਾਂ ਮੈਂ ਆਪਣੀ ਸੋਸ਼ਲ ਲਾਈਫ ਜਿਹੜੀ ਉਸ ਨੂੰ ਸੈਟਲ ਕਰ ਸਕਾਂ, ਫਿਰ ਉਸ ਤੋਂ ਬਗੈਰ ਕਿਵੇਂ ਚੱਲੇਗਾ ਵਿੱਚ। ਆਪਾਂ ਗੱਲ ਕਰ ਰਹੇ ਸੀਗੇ ਕਿ ਇਹ ਜਿਹੜਾ ਪ੍ਰਵੈਂਟਿਵ ਐਂਡ ਪ੍ਰਮੋਟਿਵ ਪਾਰਟ ਸੀਗਾ, ਸੈਟਅਪ ਬਣਿਆ ਹੋਇਆ ਲੇਕਿਨ ਕੰਫਿਊਜ਼ਨ ਕ੍ਰੀਏਟ ਕੀਤੀ ਹੋਈ ਹੈ, ਇੰਨੀ ਕੁ ਕੰਫਿਊਜ਼ਨ ਕ੍ਰੀਏਟ ਕੀਤੀ ਹੋਈ ਹੈ ਕਿ ਸਾਡੇ ਪਿੱਛੇ ਜੇ ਮੁੰਡੇ ਜਿਹੜੇ ਹੈਗੇ ਨਵੇਂ ਨਾ ਮਲਟੀਪਰਪਜ਼ ਹੈਲਥ ਵਰਕਰ ਮੇਲ, ਇਹਨਾਂ ਨੇ ਨੌਕਰੀ ਤਾਂ ਦਿੱਤੀ ਉਹਨਾਂ ਨੂੰ 2-3 ਸਾਲ ਪਹਿਲਾਂ, ਲੇਕਿਨ ਉਹ 3-3 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਰੱਖਿਆ, ਉਹ ਹੁਣ ਇਸ ਗੱਲ 'ਤੇ ਰੋਂਦੇ ਸੀਗੇ ਵੀ ਪ੍ਰੋਬੇਸ਼ਨ ਪੀਰੀਅਡ ਦੇ ਦੌਰਾਨ ਸਿਰਫ ਬੇਸਿਕ ਪੇ ਦਿੰਦੇ ਆ, ਬਾਕੀ ਪੇ ਨਹੀਂ ਦਿੰਦੇ, ਦੂਜਿਆਂ ਨੂੰ ਤਾਂ ਵੈਸੇ ਕੁਛ ਨਹੀਂ ਹੈਗੀ, ਇਹਨਾਂ ਨੂੰ ਜਿਹੜੀ ਹੈਗੀ ਆ ਉਹ ਬੇਸਿਕ ਪੇ ਦੇ ਉੱਤੇ ਰੱਖ ਲਿਆ, ਉਹ ਉਸ ਗੱਲ ਦੇ ਉੱਤੇ ਰੌਲਾ ਪਾਉਂਦੇ ਰਹੇ, ਮਤਲਬ ਸਾਰਾ ਸਟਾਫ ਕੰਫਿਊਜ਼ਨ ਦੇ ਵਿੱਚ। ਸੋ ਕੰਮ ਕਿੰਨੇ ਕਰਨਾ ਸੀ, ਜਿੰਨੇ ਹਰ ਰੋਜ਼ ਆਪਣੀ ਰੋਜ਼ੀ ਰੋਟੀ ਬਾਰੇ ਹੀ ਗੱਲ ਕਰਨੀ ਆ ਉਹਨੇ। ਸੈਕਿੰਡ ਪਾਰਟ ਆਉਂਦਾ ਸੀਗਾ ਇਹਦੇ ਨਾਲ ਹੀ ਰਿਲੇਟਡ ਨਾ, ਇੱਕ ਹੋਰ ਵੀ ਗੱਲ ਬਹੁਤ ਇੰਪੋਰਟੈਂਟ ਹੈਗੀ ਹੈ, ਜਿਸ ਤਰ੍ਹਾਂ ਮੈਂ ਵਰਡ ਯੂਜ਼ ਕੀਤਾ ਪ੍ਰਵੈਂਟਿਵ ਪ੍ਰਮੋਟਿਵ, ਪੰਜਾਬ ਦੇ ਵਿੱਚ ਹੋਵੇ ਚਾਹੇ ਇੰਡੀਆ 'ਚ ਵੀ ਹੈਗਾ, ਇਹਦੇ 'ਚ ਨੋਰਮਲੀ
लेकिन बहुत ही वारी अपने डॉक्टर्स की करते हैं कि उन्होंने माइंड दे विच ये हैगा कि मरीज देख लिया तो मेरा काम पूरा हो गया। असल च उन्हों का काम कला मरीज देखना नहीं है, मरीज देखने चाहिए ने, मैं भी एग्री करना, लेकिन वो जो प्रिवेंटिव प्रमोटिव काम सीगा उहदे च जाके उन्होंने दूसरों के पिंड जाके शहर मोहल्लों जाके बीमारी बारे दसना सीगा। पर अपने तुसीं देख लो अपने किन्ने डॉक्टर हैं जिहड़े फील्ड च जांदे उन्हों की ओरिएंटेशन ही नहीं है उस पास, वो भी बड़े सारे मल्टीपल रीजनस होर भी है भी क्यों नहीं जाते जो है। चलो आप ना जाइए पर मोटे जे तौर पर तो मैंने कही सकता कि अपने बहुत घट डॉक्टर्स है जो फील्ड जाते हैं जाके लोगों गल करते हैं बच्चे जी है तो फिर तुम किमें एजुकेट करोगे जिमें वर्ड है ना, इट इज़ नॉट द वर्ड्स इट द परसन बिहाइंड द विच मैटर्स। एक स्टाफ नर्स जाके काम करिए या एक ANM जाके काम करिए उपर भी अगर डॉक्टर करे तो फिर उन्होंने लगता मरीज में भी लगता कि डॉक्टर ने मेरी गल की है, नहीं तो उन्हें कहना नर्स ने गल की है या उन्हें कहना वर्कर ने गल की जो भी मर्जी हो। नैक्सट पार्ट जोड़ा वो है क्यूरेटिव पार्ट जिद जे अपने सिविल हॉस्पिटल आते हैं डिस्ट्रिक्ट वाले हॉस्पिटल ब्लॉक वाले हॉस्पिटल सब डिवीजन वाले हॉस्पिटल्स उत्थे हूँ प्रॉब्लम ये आई पी है कि जिस तरह मैं कह 40 साल तो हो गए कभी रिव्यू नहीं होया किन्ने डॉक्टर तुम लाने हैं किड़ा किड़ा डॉक्टर उत्थे लाना बिच उस हौज पौज किया हो जो तुम थोड़ा जहाँ इसमें अंडरसटैंड करते हो ना साढ़े को डिस्पेंसरी छोटा यूनिट हो गया जिते डॉक्टर हैगा उस तो उपर आती है प्रायमरी हेल्थ सेंटर वह काम भी प्रिवेंटिव तो ज़्यादा है वह भी क्यूरेटिव काम नहीं है लेकिन उस थोड़ा जहा उपर आप आईए ना तो सिविल हॉस्पिटल वड्डा हो गया ना जो सब डिवीजन लैवल पर हो गया डिस्ट्रिक्ट लैवल वो विकार एक लैवल इन्होंने बनाया से कम्युनिटी हेल्थ सेंटर्स जिहड़ा मैं कहा कि तकरीबन जिहड़ियां PSCs बहुत सारिया PSCs उन्होंने कम्युनिटी हेल्थ सेंटर कन्वर्ट करने की कोशिश की लेकिन वो जी कन्वर्ट करने की जो कोशिश की वो चार स्पैशलिस्ट डॉक्टर की पोस्ट इन्होंने लानी सी जिदे एक सर्जरी वाला डॉक्टर एक मैडिसिन वाला एक गायनी वाला एक बच्चों वाला चार सके डॉक्टर पंजाब शायद ही कोई ऐसी CSE हो जिदे पूरे तो कितने भी नहीं स्पैशलिस्ट डॉक्टर हो सारे MBBS डॉक्टर ग्रेजुएट डॉक्टर्स ने उत्थे जिहड़े हैगे लगे हुए कितने कितने जिहड़े जिथे कि सिफारिश चलती है या CSE जिवें शहर के बिल्कुल नेड़े हो गई किसी ने सिफारिश ला के उत्थे ला ली उत्थे तो स्पैशलिस्ट डॉक्टर ही है नहीं फिर आपां किवें आपां कर सकते हैं भी ना तो इन्हां दा प्रिवेंटिव पूरा होया ना इन्हां दा क्यूरेटिव पूरा होया तो फिर पूरा की होया तो सिविल हॉस्पिटल का हाल तो आप सारे पता 2 बजे तो बाद सारे बंद हो जाते हैं ਤੁਸੀਂ ਮੋਹਾਲੀ ਸਿਵਲ ਹੋਸ ਆਪਾਂ ਮੋਹਾਲੀ ਰਹਿੰਦੇ ਹਾਂ ਸਿਵਲ ਹੋਸਪਿਟਲ ਮੋਹਾਲੀ ਚੱਲ ਜਾਓ ਉੱਥੇ 2 ਵਜੇ ਤੋਂ ਬਾਅਦ ਆਪਾਂ ਨੂੰ ਇੱਕ ਐਮਰਜੈਂਸੀ ਮੈਡੀਕਲ ਅਫਸਰ ਮਿਲੇਗਾ ਤੁਹਾਨੂੰ ਸਪੈਸ਼ਲਿਸਟ ਡਾਕਟਰ ਥੋੜ੍ਹੀ ਮਿਲੇਗਾ ਕੁਛ ਵੀ ਸਪੈਸ਼ਲਿਸਟ ਡਾਕਟਰ ਤਾਂ OPD ਕਰਕੇ ਆਪਣੇ ਘਰ ਚਲੇ ਜਾਂਦੇ ਆ ਮੈਂ ਗਵਰਨਮੈਂਟ ਨੂੰ ਬਾਰ ਬਾਰ ਐਜ਼ ਏ ਯੂਨੀਅਨ ਲੀਡਰ ਕਿਉਂਕਿ ਮੈਂ ਐਜ਼ ਏ ਚੀਫ ਐਡਵਾਈਜ਼ਰ PCM ਐਸੋਸੀਏਸ਼ਨ ਪੰਜਾਬ ਜਦੋਂ ਮੈਂ ਰਿਟਾਇਰ ਹੋਇਆ ਵਿੱਚ ਉਸ ਤੋਂ ਪਹਿਲਾਂ ਵੀ ਯੂਨੀਅਨ ਦੀ ਐਕਟੀਵਿਟੀਜ਼ ਰਹਿੰਦੀਆਂ ਸੀਗੀਆਂ ਵਿੱਚ ਜੀ ਸਰਕਾਰ ਦੇ डिपार्टमेंट के ज़्यादा इनवॉल्वमेंट सी मैं मिनिस्टर कई मिनिस्टरों ने यह गल कही कि यार तुम मोहाली में मैं क्या सारे अंडरसटैंड करते होने इधरले पास डेराबसी हो गया इधर खरड़ हो गया तो आप जिते आप मोहाली बैठे हैं सिविल हॉस्पिटल ये एमरजेंसी ना डेराबसी भी चलाते हैं ये एमरजेंसी जी है खरड़ भी चलाते हैं लेकिन ना उत्थे अच्छी तरह चलती है ना उत्थे अच्छी तरह चलती है जे अपना मोहाली वाला डिस्ट्रिक्ट हॉस्पिटल 24/7 चलता हो अपनी अद्धिया प्रॉब्लम सॉल्व हो जाएंगे पर कोई भी नहीं चलता और इस गल नूं मनन नूं तैयार नहीं मिनिस्टर कहिंदे बस ठीक है जी क्योंकि पहली गल तो मिनिस्टर नूं वैसे समझ नहीं लगती मैं मिनिस्टर्स नूं यही गल कही कि आपां बजाए कि थोड़ा थोड़ा किसी नूं वंड दईए थोड़ा किसे नूं वंडता थोड़ा किसे नूं वंड उहदी बजाए तुसीं इक्को थां पा दिओ सिविल हॉस्पिटल मोहाली अगर इस तरह ही सिविल हॉस्पिटल जलंधर होवे जां पंजाब दे सारे 22 डिस्ट्रिक्ट्स वाले हॉस्पिटल 23 वाले जिहड़े चलन लग जाण तां अद्धे तों ज़्यादा जिहड़ा प्राइवेटाइजेशन दी आपां गल कीती सी ना उह घट जाएगा उह क्योंकि जे किसी बंदे नूं लालू तो चलना हो कुराली तो चलना हो खरड़ तो चलना हो किसी ने बूथगढ़ जो उन्होंने पता है कि सिविल हॉस्पिटल जोड़ा अपना 6 फेज वाला खुला 24/7 उत्थे टैसट भी हो जाने हैं उत्थे डायग्नोस्टिक्स होर भी हो जाने हैं उत्थे स्पैशलिस्ट डॉक्टर भी मिल जाने तो उन्होंने फिर की प्रॉब्लम है कि वो किसी प्राइवेट से आएगा उत्थे जाएगा फिर पर इन्होंने नहीं करना क्योंकि बेईमान ने ना बेसिकली एक गल बेईमानी दी है कि पीछे एक ये भी कारण हो सकता है कि इनको पैसा ना इतना हो गया नहीं नहीं ऐसा नहीं है मैं एक वर्ड यूज़ करता हूँ ना कि पंजाब हो इंडिया इतने प्लैनिंग की कमी है पैसे की कमी नहीं है जिस तरह मैं तुम्हें हमने हमने कह के हटिया कि 150 करोड़ रुपया जोड़ा है इटा से लाता वो जगह पर 150 करोड़ रुपए की दवाई दी होंगी तो सारे खुश होकर चले जाते सो इस इन्होंने इस पॉइंट ऑफ व्यू के नाल इन्होंने कभी सोचना ही नहीं है कि आप लोगों क्योंकि सेहत देनी है ये तो कहें नहीं इन्हों का तो जो मकसद होंगे कि जे कोई एक्टिविटी करते भी है ना कितने भी करते हैं अकाल पुरख कितने डिस्कस कर रहा किसी बंद एज ए ग्रुप असं डिस्कस कर रहे कि जिन्हें पॉलिटिशियंस ने ना ये सरकारी पैसे की ग्रांट जी वंट के ना बड़े खुश होंगे
हाँ वो कहते भी असं कम करता ग्रांट वंटनी मतलब वो तो किसी भी क्लास फोर बंद के हाथ भी उठा दो ना जो अनपढ़ बंदा ना उन्होंने भी कह दो भी आप बैंक चो पैसे इन्ने है फलाने जाके चेक दे देगा जाकर वो मिनिस्टर की जरूरत है मिनिस्टर की कंट्रीब्यूशन की है बजाय कि हाँ ये जरूर है कि वो जी चेक दिए जाते हैं वो फिर पैसे किन्ने माजते हैं बच्चों रगड़ा देने स्टोरी है असल ऐसा कहना रखते हैं बच्चों असल से क्योंकि कोई कोई कंट्रीब्यूशन नहीं है किसी मिनिस्टर की कही या किसी नेता की कही ये तो तुम देखो इन्होंने किमें लोगों को मंगते बना के रखा हुआ है अगर कोई गवर्नमेंट जॉब दे भी दी तुम उन्होंने फिर बुलाएंगे दो दो तीन तीन फंक्शन करेंगे कभी दो फड़ा देंगे फिर वो फोटो खिंचाएंगे किसी चार फड़ा देंगे फोटो खिंचाएंगे मतलब ये कोई कोई तरीका नहीं है ये कोई डेमोक्रेसी का तरीका नहीं है ये तो बेसिकली जिमें आप कहने डिक्टेटर बन चुके हैं डिक्टेटर वर्ड तो थोड़ा जहा डिफरेंट होंगे पर मैं तो इन्हों बेईमान डिक्टेटर ही कहना उन्होंने डिक्टेटर का भी होंगे भी फिर अपने कहते काम कर कहते काम भी हाँ तो इन्हों को भी नहीं होंगे सो इस जी अज पोलिटिकल सिस्टम है वो सारा ही हौच पौच हो बेसिकली जी है सो ये बहुत खुश ने कि असी चैक फड़ाता जी किसी बंद ने हाँ तो फिर वनू कहें मेरी कंट्रीब्यूशन तेरी कहदी कंट्रीब्यूशन हुई उस देखो ये जो अपना पोलिटिकल सिस्टम है ये इस तरह चलता सगा कि ये नेता बनाए जाते हैं लीडरस जिन आप एम एल ए या एम पी ए की आप गल करते हैं इन्ह का मकसद सगा कि लोगों जान जे कि जाते नहीं उतों जी उन्हों प्रॉब्लम्स है या कुछ इंप्रूवमेंट करनिया ने अपना फरदर इंप्रूवमेंट्स करनिया किसी भी इलाके होनी है वो सारा डाटा इकट्ठा कर फिर उन्होंने टैक्निकल बंद डिस्कस कर उस तो बाद फिर उसनों असैम्बली दे विच या अपनी कैबिनेट दे विच लैके जान उतों अपरूव करा के जिहड़े ये एडमिनिस्ट्रेटिव ऑफिसर जिन्होंने आप आई एस ऑफिसर कहने उन्होंने थ्रू इंप्लीमेंट करवाउण तो ये इदां दा तो कुछ भी नहीं हो रहा ये तो घर बैठ के भी इन्हां दी जिहड़ी बनदी है प्लैनिंग संबंधियां ने उहदे च इन्हां दे घर दे इनवॉल्व हुंदे आ कि पापा इधर बना दी हस्पताल जलंधर बना दी भावें लुधियाने बना दी आना लोगों की स्टोरी है बच्चे जी है और फिर आप किमें सोचते हैं कि वो हस्पताल जोड़े है सही ढंग बन जाएंगे क्योंकि जो तुम डिस्कस ही नहीं कभी किसी ने किया टैक्निकल बंद इनवॉल्व ही नहीं किया जोड़े बंद ने जोड़ा काम करना सगा उसमें काम ही नहीं कर दिता और तुम हस्पताल बनाए कि इतने मेरी मामा रहा है जी इतने मेरी मासी रही है उधर बना दो जी भावें उत्तर हस्पताल की जरूरत हैगी भावें उत्तर हस्पताल की जरूरत नहीं हैगी बच्चे जी फिर जिथे तुम हस्पताल बनाना सगा उ ना बना के फिर वो चू पैसे लभने भी मेरी परसेंटेज कि सो आप इस करके आप गल कहने कि पैसे की कमी नहीं है प्लैनिंग की कमी है और मैं तुम देखो भी एज ए मैडिकल ऑफिसर एक 25 बिस्तर का हस्पताल चला रहा है एक अद्धा साल नहीं 25 साल चलाया मैंने उसमें और वधिया चलाया जो मैं एज ए एस एम ओ बनया मैंने कई सारे हस्पताल चलाए तुम मैं दिखाऊंगा फोटो कभी जी है बूथगढ़ हॉस्पिटल यही कुराली सिस्मा रोड के उत्ते जोड़ा है वन ऑफ द बेस्ट हॉस्पिटल कोई गवर्नमेंट का पैसा नहीं सा लोगों का सहयोग से लोगों चलाते लोगों के कोल जाते उन्होंने कहते कि भाई थोड़ा हस्पताल है तुम इस चंगा बना लो तुम इस माड़ा बना लो मैं इतने बैठा मैं तो बैठ के तुम्हें दस ही सकता ना बिच जे तुम कहो मैं सारी अपनी तनखा इतने ला देवा सारी तनखा तो मैं भी नहीं लाने ठीक है लेकिन तुम मेरे नाल कोऑपरेट करो मैं अगे लगन नूं तैयार हाँ तो तुहाडे इलाके च हस्पताल सोहना बना के जाऊंगा सेक्सुअल हरासमेंट एट वर्कप्लेस एक्ट किन्ना क लागू कीता जांदा हॉस्पिटल्स च क्योंकि नर्सेस या ज्यादातर औरतां हुंदियां हुण ट्रेंड स्टार्ट हो गया मुंडे नर्सेस हो गए मेल नर्सेस सो उन्हां दी कुड़ियां नूं बराबर मौका देण आ गया कि उन्हां लई सुरक्षित एनवायरमेंट अंदर बनाउणा उहदा की इंतजाम अपनी हेल्थ इंफ्रास्ट्रक्चर च हैगा देखो उहदे च जदों ये अज तो आप मान के चलिए कि 15-20 साल की जो 2000 शुरू होया वो आसे पास बाद सैक्सुअल हरासमेंट एट वर्क प्लेस जी गल स्टार्ट हुई हैं मैं थोड़ा कोट करना चाहवागा कि मेरी पोस्टिंग सी इतने चंडीगढ़ पंजाब स्टेट एड्स कंट्रोल सोसायटी के उत्थे एक डॉक्टर जिहड़ा सीगा विदाउट नेमिंग दैट डॉक्टर वो बहुत हरास करता सीगा जो मैं उत्थे गया तो सारिया कुड़िया जिहड़ियां हैगियां ने मतलब कुड़िया मीनस जिहड़ियां फीमेल एम्पलाईज सीगियां क्योंकि मेरे बारे मशहूर सीगा कि ही इज अ सोशल एक्टिविस्ट एंड ही एक्ट सो वो सिचुएशन इस तरह की साड़ी बन गई कि असी मिनिस्टर नूं शिकायत की भी ये जिहड़ा बंदा ये जिहड़ा डॉक्टर है ये इस तरह करता वर्क प्लेस से और वो अगेंस्ट एक्शन की होना सगा एक्शन मेरे अगेंस्ट होया या कुछ होर इंप्लाइज के अगेंस्ट होया मेरी बदली उन्होंने पहला इधर खमानू के नेड़े की फतेहगढ़ साहब 3 महीने चक के मेरी तलवंडी साबो जी हैगी है वो बठिंडा डिस्ट्रिक्ट से उत्थे कर दिती वो जिहड़ा डॉक्टर सीगा और तुसीं देखो मैं तो ये गल कहांगा कि साड़ी एक मिनिस्टर हुई हैं जिन जो बहुत सोशल एक्टिविस्ट हुए हैं फीमेल मिनिस्टर जिहड़े हैगे
मैडम लक्ष्मीकांत चावला जिहड़ी हैगी हैं उस डॉक्टर के बारे मेरे नाल वन टू वन सैकटरी के सामने गल हुई विच और उस डॉक्टर इन्होंने विदाउट प्रमोशन 2 साल सिविल सर्जन लाई रखा। मैं अज तक नहीं समझ लगी आप वर्कप्लेस की गल कर रहे हैं इन्होंने कमेटियां बनाईया कागजा च बनाई कुछ भी नहीं किया उदा ही कमेटियां ने इस तरह ही जी है और मैं 1.5 साल जोड़ा है घरों बहर रखा 300 किलोमीटर 400 किलोमीटर जो कि मैं सिर्फ यही गल कही सी कि ये कुड़ियां जी धियां भैन जगिया ने साड़िया जी है साढ़े सारे घर है किसी की किसी के नाल कोई फ्रेंडशिप हो मैं कोई मुश्किल नहीं है लेकिन जबरदस्ती तो नहीं होनी चाहिए किसी भी हालत नहीं होनी चाहिए। सो जी ये गल की ना जड़िया कमेटियां है ये नॉन फंक्शनल कमेटीज ने सरकार जिथे कि माड़ा मोटा सामने आई उत्थे सरकार ने इन्हों दबा लिया और अज जो वर्कप्लेस के उत्ते जो हरासमेंट होंगी सारे पता ये कोई लुकी छुपी गल हैगी कि सरकार है जी ये गल कर दी है जी है मैं हमने हमने इन्होंने ना अपने को इस गल होर टैक्निकल जदों ये निर्भया केस होया ना उदों 2015 के सुप्रीम कोर्ट ने एक वन स्टॉप सेंटर खोलिया वन स्टॉप सेंटर का मतलब है वो डिस्ट्रिक्ट उत्ते हर एक डिस्ट्रिक्ट उत्ते एक वन स्टॉप सेंटर खुलना है अटैच विद द सिविल हॉस्पिटल्स जिदे च एक काउंसलर्स भी है वकील भी है और उत्थे दूसरा अमला होके उन्होंने एक टैलीफोन सेंट्रलाइज नंबर भी दिता गया उन्होंने टैंपरेरी स्टे का कि किसी भी औरत ने ऑफ एनी एज चाहे डोमैसटिक वायलेंस हो चाहे वह पब्लिक प्लेस से वायलेंस हो चाहे वह रोड साइड वायलेंस हो चाहे वह वर्क प्लेस हो उसनू सारी जी मेडिकल हैल्प उसकी जी पुलिस की हैल्प एंड लीगल भी वो देनी है वो कितने पंजाब के जोड़े है सेंटर्स पिछले जमें आर टी एच इनफॉर्मेशन ली सी 8 सेंटर द्वारे इन्होंने मैंने क्या दसिया कि बनाया 80% जी है जो सेंटर गवर्नमेंट की ग्रांट आई है वह खर्च की है ग्रांट भी किसी होर की पैसे भी पंजाब सरकार ने खर्च नहीं करते तो बार मोटा मोटा लिख के लाया होंगे कि रात को पंजाब की धियां की असी राखी करांगे किस धी की राखी करोगे जो तुहाडा सेंटर तो चलता नहीं गा। सो ये जिहड़ियां वर्क प्लेस से आप गल करते हैं ये इस करके इफेक्टिव नहीं हो सकियां कि जिहड़े ऑफिसर्स की कमेटी जी बनाई जाती है उन्होंने अपनी होश से सोच ही नहीं है। मैं हूँ सारा एलैबोरेट नहीं करना चाहता जो मैं तुम्हें केस दसिया एड्स कंट्रोल सोसाइटी का पर मैं पता जो कुछ वह हो कौन सफरर बनया वो जी है कारण सिर्फ यही है कि उस ऑफिसर ने सारा कुछ मैनेज कर लिया और जिस ऑफिसर के अगेंस्ट ये सीगिया कंप्लेट्स जीडिया उसनों चंडीगढ़ ट्रांसफर करके मोहाली लगाता सगा 3B2 बैठ के चल जाता साड़ी एक PSC है 3B1 रादर उत्थे बैठ के चल जाता से मैं बिठाया 300 किलोमीटर दूर मैं मेरा की कसूर से जिमें मैं तुम अजे पहला कह के हटिया कि डी एडिक्शन प्रोग्राम चलाया कप सिर्फ सरकार ने बेचा तो ट्रांसफर मेरी की। थैंक यू सत श्रीकाल जी।